मेरे प्यारे मेरे दिल पर रखते जी प्रशादा जी छकना पहला है करो इन्हां नूं छकाओ जिहड़े लागे लागे मेला वेखण आए बोलो वाहिगुरु वाहिगुरु जी हुण लोकी वाकई उत्थे गए सी कि जिन्ना करे आपकी रोटी नहीं पकदी दोवां जीआं दी ਉਹ ਗੁਰੂ ਦੀ ਸੇਵਾ ਕਿਵੇਂ ਕਰਨਗੇ ਤੇ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਤੇ ਹੋ ਜਾਓ ਪਹਿਲਾਂ ਇਹਨਾਂ ਨੂੰ ਰਜਾਣਾ ਜਿੰਨੇ ਬੈਠੇ ਲਾਗੇ ਲਾਗੇ ਆਖੋ ਵਾਹਿਗੁਰੂ ਵਾਹਿਗੁਰੂ ਜੀ ਫਿਰ ਇਹੋ ਜੀ ਗੁਰੂ ਸਾਹਿਬ ਨੇ ਬਰਕਤ ਵਰਤਾਈ ਜਿਹੜਾ ਕੱਲਾ ਗੁਰੂ ਸਾਹਿਬ ਜੀ ਅੰਨ ਪਦਾਰਥ ਬਣਿਆ ਸੀ ਸਾਰੀ ਸੰਗਤ ਵਿੱਚ ਵਰਤਦਾ ਪਿਆ ਤਾਂ ਵੀ ਨਹੀਂ ਮੁੱਕਦਾ ਪਿਆ ਆਖੋ ਵਾਹਿਗੁਰੂ ਵਾਹਿਗੁਰੂ ਜੀ ਤੋੜ ਨਾ ਆਵੇ ਵੱਧੋ ਜਾਈ ਘਟਦਾ ਨਹੀਂ ਵੱਧਦਾ ਹੀ ਜਾਂਦਾ ਪਿਆ ਜਿੰਨੀ ਸੰਗਤ ਰੱਜ ਰੱਜ ਕੇ ਕਹਿੰਦੇ ਘਰਾਂ ਨੂੰ ਵੀ ਲੈ ਜਾਓ ਇੰਨਾ ਪਿਆਰ ਕੀਤਾ ਦੱਸ ਕੀ ਚਾਹੀਦਾ ਆਖੋ ਵਾਹਿਗੁਰੂ ਆ ਧਾਰਨਾ ਕਹਿ ਕੇ ਸਮਾਪਤੀ ਜਦੋਂ ਮਾਤਾ ਨੇ ਆ ਗੱਲ ਕਹੀ ਨਾ ਮਹਾਰਾਜ ਜੀ ਜਿਉਂਦਾ ਜੀ ਤੇ ਬੜੇ ਹੋਣਗੇ ਦਰਸ਼ਨ ਕਰਨ ਵਾਲੇ ਮੇਰੀ ਇੱਕੋ ਇੱਛਾ ਹੈ ਵੀ ਤੁਸੀਂ ਆਏ ਹੋ ਮੈਂ ਚਾਹੁੰਦੀ ਹਾਂ ਵੀ ਹੁਣ ਤੁਹਾਡੇ ਤੋਂ ਬਾਅਦ ਕੁਝ ਵੇਖਾਂ ਨਾ ਹੋਣਾ ਸ੍ਰੀ ਹਰਿ ਸੰਤ ਆਇਆ ਜਿਸ ਡਿਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਣ ਦਿਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਸ਼ਹੀਦਾਂ ਮੋਰੀ ਤਾਂ ਜਨ ਨਾਮ ਲੱਭਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੇ ਦੇਖ ਕੇ ਅੰਮ੍ਰਿਤ ਕੀਤਾ ਤਨਾ ਪਿਆਰਾਂ ਸਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਕਰੀਆਂ ਕਿਚੜੀ ਆਰਿਆਂ ਨਾਲ ਚਰਾਏ ਗਏ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਇਆ ਮੁੱਖੋਂ ਸੇਨਾ ਪਹੁੰਚਾਰਿਆ ਤੇਰਾ ਪਾਣਾ ਮਿੱਠਾ ਕਰਕੇ ਮੰਨਿਆ ਸਿੰਘਾਂ ਸਿੰਘਣੀਆਂ ਭਜੋਈਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤਿਆ ਵੇ ਚਿੱਤਿਆ ਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿੰਦਗੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਪੁੰਗੇ ਜੁਗੂ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ। ਆਪ ਜੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪੱਧਰ ਰੱਖਿਆ, ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮਹਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਾਹਮਣੇਗੇ ਬਜੇ ਸ਼ਰਮ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ, ਬੋਲੇ ਸੋਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੇਰਾ ਸਭ ਦੁੱਖ ਗਵਾਈ ਦਿਓ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੀ, ਕੱਲੀ ਆਵੈ ਨਾਨਕਾ ਸਦੈ ਉੱਠੀ ਜਾਏ, ਰਾਣਾ ਰਾਮ ਤੂੰ ਰਹੇ ਰੰਗ ਨਾ ਪੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਤੁਹਾਡੇ ਤੋਂ ਭੈਣ ਭਰਾ ਸੰਗਤ ਸਾਥ ਸੰਬੰਧੀ ਰਿਸ਼ਤੇਦਾਰ ਪਤਵੰਤੇ ਸੱਜਣ ਆਏ ਨੇ, ਸਭ ਨੂੰ ਰੋਮ ਰੋਮ ਕਰਕੇ ਜੀ ਆਇਆਂ ਨੂੰ ਮਾਤਾ ਜਗਿੰਦਰ ਕੌਰ ਸੰਧੂ ਜਿਹੜੇ ਇਸ ਪਰਿਵਾਰ ਦੇ ਮੁੱਢ ਸਨ, 112 ਸਾਲ ਦੀ ਉਮਰ ਭੋਗ ਕੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਆ। ਪਰਮ ਸਤਿਕਾਰਯੋਗ ਖਾਲਸਾ ਜੀ, ਫਰੀਦ ਸਾਹਿਬ ਗੁਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਨੇ, ਫਰੀਦਾ ਕਿੱਥੇ ਤੈਂਦੇ ਮਾਪਿਆਂ, ਜਿੰਨੀ ਤੂੰ ਜਣਿਓ ਹੇ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਨਿਓ ਹੇ। ਮਾਤਾ ਜੀ ਜਗਿੰਦਰ ਕੌਰ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਾਤਾ ਜਗਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਬੈਠੇ ਸਾਰੇ ਰਿਸ਼ਤੇਦਾਰ ਭੈਣ ਭਾਈ ਸਭ ਨੂੰ ਫਤਿਹ ਅਰਜ ਕਰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹੋ ਜਿਹੀਆਂ ਮਾਤਾਵਾਂ ਤੇ ਕੁਦਰਤੀ ਗੱਲ ਹੀ ਹੈ ਕਿ ਗੱਲ ਕਹੀ ਵੀ ਜਾਂਦੀ ਹੈ ਔਰ ਕਹਿਣੀ ਬਣ ਵੀ ਜਾਂਦੀ ਹੈ। ਜਦੋਂ ਮੈਂ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋਇਆ ਸੀ ਤੇ ਸੱਚੀ ਮੁੱਚੀ ਮੇਰੀਆਂ ਅੱਖਾਂ ਦੇ ਵਿੱਚ ਜਿਹੜੇ ਕੋਈ ਪੱਥਰੂ ਆ ਗਿਆ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਮਾਤਾ ਜਗਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆ। ਝੋਨਾ ਉਹ ਆ ਜਿਹਨੂੰ ਪਾਣੀ ਨਹੀਂ ਲੱਗਦਾ ਤਾਂ ਕਰਕੇ ਸੁੱਕ ਜਾਂਦਾ। ਪੁੱਛੀਏ ਵੀ ਕਾਰਨ ਕਿ ਝੋਨੇ ਦੇ ਸੁੱਕਣ ਦਾ, ਕਹਿੰਦਾ ਵੀ ਪਾਣੀ ਨਹੀਂ ਲੱਗਾ ਤਾਂ ਸੁੱਕ ਗਿਆ। ਇੱਥੇ ਬਹਿ ਕੇ ਵੀ ਆਪਣੀ ਰਸਨਾ ਤੋਂ ਨਾ ਬੋਲਿਆ ਤੇ ਅੰਦਰ ਭਲਾ ਕਿਵੇਂ ਹੋਊਗਾ। ਗੱਜ ਕੇ ਬੋਲੋ, ਸਾਰੀਆਂ ਭੈਣਾਂ ਬੋਲੋ, ਲਾਓ ਹਾਜ਼ਰੀ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਸਭ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਦੇ ਪੈਮਾਨੇ ਦੇ ਵਿੱਚ ਤੁਰ ਕੇ ਜਿਹਨਾਂ ਨੂੰ ਅਜੇ ਬਚਪਨ ਵੀ ਪੂਰਾ ਖੇਡਣ ਨੂੰ ਨਹੀਂ ਮਿਲਿਆ, ਤਾਂ ਮਾਫ ਕਰਿਆ ਜੋ ਤੁਹਾਡੇ ਪਰਿਵਾਰ ਵਿੱਚ ਰਿਸ਼ਤੇਦਾਰਾਂ 'ਚ ਕਈ ਮੌਤ ਇਸ ਤਰ੍ਹਾਂ ਦੀਆਂ ਹੋਈਆਂ ਹੋਣਗੀਆਂ। ਅਜੇ ਬੱਚਾ ਜੰਮਦਾ ਹੀ ਪਿਆ ਸੀ ਤੇ ਜੰਮਦੇ ਮੌਤ ਹੋ ਗਈ। ਗੱਜ ਕੇ ਬੋਲੋ ਸ੍ਰੀ ਵਾਹਿਗੁਰੂ ਜੀ। ਕਿਧਰੇ ਤੇ 100-100 ਸਾਲ ਭੋਗਦਾ ਪਿਆ, ਕਿਧਰੇ 50 ਸਾਲ ਦਾ ਹੁਕਮ ਨਹੀਂ ਹੋਇਆ ਤੇ ਕਿਧਰੇ ਜੇ ਸਵਾ ਮਹੀਨਾ ਵੀ ਨਹੀਂ ਹੁੰਦਾ ਪਿਆ। ਰੱਬਾ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸੇ ਇੱਕ ਅਸਰ ਮਾਣੇ। ਮਹਾਰਾਜ ਤੂੰ ਕਹੋ ਜੀ ਖੇਡ ਬਣਾਈ ਆ, ਇੱਕ ਜੰਮਦਾ ਪਿਆ ਇੱਕ ਮਰਦਾ ਪਿਆ, ਇੱਕ ਬਿਨ ਸੇ ਇੱਕ ਅਸਰ ਮਾਣੇ, ਇੱਕ ਜੰਮਦਾ ਪਿਆ ਇੱਕ ਮਰਦਾ ਪਿਆ, ਇਹ ਅੱਜ ਅੱਜ ਰਚੇ ਹੋਣਾ ਚਾਹੀ। ਬਲਿਹਾਰ ਜਾਈ ਇਸ ਦੁਨੀਆਂ ਬਣਾਉਣ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੜ੍ਹਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਗੁਰਵਾਕ, ਜੇ ਜੁਗ ਚਾਰੇ ਆਰ ਜਾ, ਕਹਿੰਦੇ ਤੂੰ ਤੇ 100 ਸਾਲ ਤੇ ਖਲੋ ਗਿਆ, ਜੇ ਮੰਨ ਲਾ ਤੇਰੀ ਉਮਰ 4 ਯੁੱਗ ਵੀ ਹੋ ਜੇ ਨਾ, ਹੋਰ ਦਸੋਨੀ ਹੋਏ। ਜੇ ਪਾਠ ਜਿਹੜੇ ਜਪੁਜੀ ਸਾਹਿਬ ਦੇ ਕਰਦੇ ਨਾਲ ਬੋਲੋ, ਜੇ ਜੁਗ ਚਾਰੇ ਹੋਰ ਦਸੋਨੀ, ਫਿਰ ਅੱਗੇ ਮਾਰੇ ਕਹਿੰਦੇ ਹੋਰ ਦੁਗਣੀ ਹੋ ਜੇ। ਕੋਈ ਬੰਦਾ ਇਹੋ ਜਿਹਾ ਬੈਠਾ ਜਿਹਨੂੰ ਇੱਥੇ ਫਿਰੋਜ਼ਪੁਰ ਦੇ ਲੋਕ ਇਕੱਲੇ ਜਾਣਦੇ ਹੋਣਗੇ, ਕੋਈ ਬੰਦਾ ਇਹੋ ਜਿਹਾ ਬੈਠਾ ਜਿਹਨੂੰ ਪੰਜਾਬ ਦੇ ਲੋਕ ਜਾਣਦੇ ਹੋਣਗੇ, ਕੋਈ ਬੰਦਾ ਇਹੋ ਜਿਹਾ ਜਿਹਨੂੰ ਪੂਰੇ ਇੰਡੀਆ ਲੈਵਲ ਦੇ ਲੋਕੀ ਜਾਣਦੇ ਆ, ਪਰ ਇਹੋ ਜਿਹਾ ਕੋਈ ਨਹੀਂ ਬੈਠਾ ਜਿਹਨੂੰ ਪੂਰੀ ਦੁਨੀਆਂ ਵਿੱਚ ਲੋਕੀ ਜਾਣਦੇ ਹੋਣ। ਮਹਾਰਾਜ ਕਹਿੰਦੇ ਨਵਾਂ ਪਿੰਡਾਂ ਵਿੱਚ ਜਾਣੀ ਹੈ, ਇਹਨਾਂ ਮੇਰੇ ਫਿਰੋਜ਼ਪੁਰ 'ਚ ਇਕੱਲੀ ਜਾਣ ਪਛਾਣ ਹੈ। ਕਹਿੰਦੇ ਜੇ ਪੂਰੀ ਦੁਨੀਆਂ ਵਿੱਚ ਵੀ ਲੋਕੀ ਤੈਨੂੰ ਜਾਣਨ ਲੱਗ ਪੈਣ, ਨਵਾਂ ਪਿੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ। ਫਿਰ ਅੱਗੇ ਮਾਰੇ ਨੇ ਕਮਾਲ ਹੀ ਕਰਤੀ। ਬਹੁਤਿਆਂ ਦਾ ਅੱਜ ਦੇ ਸਮੇਂ 'ਚ ਜ਼ੋਰ ਇਸ ਗੱਲ 'ਤੇ ਲੱਗਦਾ ਪਿਆ ਵੀ ਕੰਮ ਭਾਵੇਂ ਚੰਗੇ ਨਾ ਕਰੋ, ਨਾ ਜ਼ਰੂਰ ਚੰਗਾ ਚਾਹੀਦਾ। ਬਾਪੂ ਕਹਿੰਦੇ ਚੰਗਾ ਨਾਂ ਰੱਖਾ ਇੱਕ ਹੈ, ਨਾ ਚੰਗਾ ਰੱਖ ਲਿਆ ਨਾ ਹੈ ਗੁਰਲਾਲ ਸਿੰਘ, ਪਰ ਕੋਈ ਵੀ ਕੰਮ ਗੁਰੂ ਵਾਲਾ ਨਹੀਂ ਕੀਤਾ, ਨਾ ਗੁਰਭੇਜ ਸਿੰਘ, ਪਰ ਕਿਤੇ ਰੱਬ ਨੇ ਭੇਜਿਆ ਕਿਤੇ ਨਹੀਂ ਗਿਆ, ਨਾ ਹੈ ਗੁਰਬਖਸ਼ ਸਿੰਘ, ਕਹਿੰਦੇ ਪਾਪ ਕਰਨ ਨੂੰ ਕਿਸੇ ਨੂੰ ਨਹੀਂ ਬਖਸ਼ਿਆ। ਕਹਿੰਦੇ ਫਿਰ ਨਾਵਾਂ ਦੀ ਲਾਜ ਹੁਣ ਕੀ ਰਹਿ ਗਈ। ਮਹਾਰਾਜ ਕਹਿੰਦੇ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਚੰਗਾ ਨਾਂ ਰਖਾ ਕੇ ਦੁਨੀਆਂ ਤੇ ਆਪਣੀ ਸੋਭਾ ਕੱਟਣੀ ਚਾਹੁੰਦਾ। ਸਾਰੇ ਮੇਰੇ ਸਾਰੇ ਸਾਰੇ ਇਹੋ ਚਾਹੁੰਦੇ ਨਾ ਆਪਾਂ। ਤਾਂ ਬਾਤ ਨਾ ਪੁੱਛੇ ਕੇ ਕਹਿੰਦੇ ਬਾਰੇ ਭਾਵੇਂ ਇੰਨਾ ਕੁਝ ਇੰਨੀ ਪ੍ਰਸਿੱਧੀ ਖੱਟ ਲਈ, ਸਾਰੀ ਦੁਨੀਆਂ 'ਚ ਵੀ ਪ੍ਰਸਿੱਧੀ ਹੋ ਗਈ, ਉਮਰ ਵੀ ਬੜੀ ਲੰਬੀ ਹੋ ਗਈ, ਪਰ ਜੇ ਤੇਰੀ ਨਿਗਾਹ 'ਚ ਨਾ ਆਇਆ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ, ਮੈਨੂੰ ਕਿਸੇ ਨੇ ਨਹੀਂ ਪੁੱਛਣਾ ਮਾਲਕਾ। ਬੋਲੋ ਕਿਧਰੇ ਮੇਰੇ ਕੋਲੋਂ ਮਹਾਰਾਜ ਇਸ ਤਰ੍ਹਾਂ ਦਾ ਕਰਮ ਹੋ ਜੇ, ਮੇਰੇ ਕੋਲੋਂ ਕਰਮ ਗਤੀ ਇਸ ਤਰ੍ਹਾਂ ਦੀ ਬਣ ਜੇ ਵੀ ਮੇਰੀ ਕਰਮਾਂ ਕਰਕੇ ਪਛਾਣ ਬਣੇ ਤੇਰੀ ਕਰਮ, ਨਾ ਕਰਕੇ ਨੀ। ਨਾ ਤੇ ਬੜੇ ਸੋਹਣੇ ਨੇ ਸਾਰਿਆਂ ਦੇ, ਕਰਮ ਕਰਕੇ। ਕਰਮੀ ਇਸ ਤਰ੍ਹਾਂ ਦਾ ਬਣਾ ਦੇ ਜਿਹੜਾ ਤੈਨੂੰ ਭੁੱਲਦਾ ਹੀ ਨਾ, ਕਰਮੀ ਇਸ ਤਰ੍ਹਾਂ ਦਾ ਬਣਾ ਦੇ ਜਿਹੜਾ ਹੁਣ ਸਵੇਰੇ ਵੀ ਜੇ ਉੱਠਾਂ ਤੇ ਤੇਰਾ ਨਾਮ ਕੀਤੇ ਜ਼ਰੂਰ ਆਵੇ, ਪਰ ਇਹ ਹੋਵੇਗਾ ਤਾਂ ਸੰਗਤ ਜੀ। ਗੁਰੂ ਸ਼ੀਸ਼ਾ ਜੇ ਮਾੜਾ ਤੇ ਗੁਰੂ ਨੇ ਮਾੜਾ ਹੀ ਕਹਿਣਾ, ਗੁਰੂ ਨੇ ਚੰਗਾ ਨਹੀਂ ਤੈਨੂੰ ਕਹਿਣਾ, ਜੇ ਤੇਰੇ 'ਚ ਕੋਈ ਚੰਗਾ ਗੁਣ ਹੈ ਤੇ ਗੁਰੂ ਨੇ ਤੈਨੂੰ ਚੰਗਾ ਕਹਿਣਾ। ਬੋਲੋ ਵਾਹਿਗੁਰੂ। ਤੇ ਸੰਗਤ ਵਿੱਚ ਆ, ਇੱਥੇ ਆਇਆ ਤੈਨੂੰ ਆਪਣੇ ਤੋਂ ਚੰਗੇ ਵੀ ਲੱਭਣਗੇ ਤੇ ਮਾੜੇ ਵੀ ਲੱਭਣਗੇ, ਇੱਥੇ ਤੈਨੂੰ ਇਹੋ ਜਿਹੇ ਮਿਲ ਜਾਣਗੇ। ਗੱਡੀਆਂ ਨਹੀਂ ਦਿੱਤੀਆਂ, ਗੱਡੀਆਂ ਤੇ ਦੂਰ ਦੀ ਗੱਲ,
ਰੱਬ ਨੇ ਲੱਤਾਂ ਵੀ ਨਹੀਂ ਦਿੱਤੀਆਂ ਤਾਂ ਵੀ ਚੱਲ ਕੇ ਮਜੀਦਪੁਰ ਜਾਂਦੇ ਹੁੰਦੇ। ਬੋਲੋ ਵਾਹਿਗੁਰੂ ਜੀ। ਸਿੰਘ ਨੂੰ ਹੱਥ ਨਹੀਂ ਸੀ ਦਿੱਤੇ, ਬਸ ਕੱਲੀਆਂ ਟੂਣੀਆਂ ਜਿਹੀਆਂ ਨਾਲ ਵਿਚਾਰਾ ਭਾਂਡੇ ਮਾਂਜੀ ਜਾਵੇ ਉੱਥੇ ਬੈਠਣਾ। ਬੋਲੋ ਵਾਹਿਗੁਰੂ ਜੀ। ਭਰੋਸਾ ਜੇ ਬੱਚੇ ਤੇ ਨਾ ਹੋਵੇ ਤੇ ਘਰ ਬਣੇ ਨਹੀਂ ਲੱਗਦਾ, ਭਰੋਸਾ ਜੇ ਘਰ ਵਾਲੀ ਤੇ ਨਾ ਹੋਵੇ ਤੇ ਘਰ ਬਣੇ ਨਹੀਂ ਲੱਗਦਾ, ਭਰੋਸਾ ਜੇ ਮਾਂ ਪਿਓ ਤੋਂ ਨਾ ਹੋਵੇ ਵੀ ਪਤਾ ਨੀ ਜ਼ਮੀਨ ਕਿਸੇ ਹੋਰ ਰਾਣੀ ਨਾਲ ਲਵਾ ਦੇ ਕਹਿੰਦੇ ਉਹ ਵੀ ਘਰ ਬਣੇ ਨਹੀਂ। ਪਰ ਭਰੋਸੇ ਬਿਨਾ ਤੇ ਇੱਕ ਘਰ ਨਹੀਂ ਚੱਲਦਾ, ਤੋ ਗੁਰੂ ਦਾ ਘਰ ਕਹਿਣਾ ਭਰੋਸੇ ਬਿਨਾ ਤੇਰਾ ਚੜ ਜੇ। ਬੋਲੋ ਵਾਹਿਗੁਰੂ। ਮਾਤਾ ਜੀ ਤੁਸੀਂ ਬੋਲੋ ਵਾਹਿਗੁਰੂ। ਮਾਤਾ ਜੀ ਕਿਰਪਾ ਕਰੋ ਥੋੜਾ ਜਿਹਾ ਸਮਾਂ ਇਹਨਾਂ ਨੂੰ ਬਿਠਾ ਦਿਓ। ਬੋਲੋ ਵਾਹਿਗੁਰੂ। ਸੁਣ ਲਓ, ਤੁਹਾਡੇ ਵੀ ਬੁਲਾਇਆ ਚੇਚਾ ਘਰ ਵਾਲਿਆਂ ਨੇ, ਬੜਾ ਖਰਚ ਕੀਤਾ ਇਹਨਾਂ ਨੇ, ਕਿੰਨਾ ਪੰਡਾਲ, ਕਿੰਨਾ ਸਾਊਂਡ ਦਾ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਕੀਤਾ।
ਵੀ ਕਿਸੇ ਨੂੰ ਕੋਈ ਗੱਲ ਪੈ ਜੇ ਮੱਲੇ ਤੇ ਜੇ ਇੱਥੇ ਵੀ ਸਾਡੀਆਂ ਗੱਲਾਂ ਹੀ ਨਾ ਮੁੱਕੀਆਂ ਤੇ ਫਿਰ ਆਇਆ ਵੀ ਉਹੋ ਜਿਹਾ ਤੇ ਨਾ ਆਇਆ ਵੀ ਉਹੋ ਜਿਹਾ। ਮਹਾਰਾਜ ਕਹਿੰਦੇ ਜੋ ਡਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਜੇ ਤੈਨੂੰ ਦੁੱਖ ਵਿੱਚ ਆਣ ਕੇ ਵੀ ਦੁੱਖ ਚੇਤੇ ਨਹੀਂ ਦੀਦਾ ਫਿਰ ਤੇਰਾ ਆਏ ਦਾ ਵੀ ਕੀ ਫਾਇਦਾ। ਜਿਹੜੀ ਅੱਜ ਇਸ ਘਰ ਵਿੱਚ ਵਾਪਰੀ ਹੈ ਕੱਲ੍ਹ ਨੂੰ ਤੇਰੇ ਘਰੇ ਵੀ ਵਾਪਰਨੀ ਹੈ। ਬੋਲੋ ਵਾਹਿਗੁਰੂ ਜੀ। ਜੇ ਇਹੋ ਜਿਹਾ ਵੀ ਆਵੇਗਾ ਵੀ ਸੋਗ ਦਾ ਸਮਾਂ ਵੀ ਘਰ ਜ਼ਰੂਰ ਬਣੇਗਾ, ਖੁਸ਼ੀਆਂ ਗਮੀਆਂ ਸਾਰੇ ਇੱਕ ਘਰ ਵਿੱਚ ਆਉਣਗੀਆਂ, ਮਾਲਕ ਦੇ ਰੰਗ ਨੇ ਸਾਰੇ ਘਰ ਵਿੱਚ ਹੀ ਆਉਣਗੇ। ਪਰ ਜੇ ਦੁੱਖ ਆਇਆ ਤੇ ਦੁੱਖ ਇਕੱਲਾ ਇਹ ਪਰਿਵਾਰ ਦਾ ਨਹੀਂ ਆਪਣਾ ਸਮਝ, ਵੀ ਜਿਵੇਂ ਇਸ ਪਰਿਵਾਰ ਵਿੱਚ ਮਾਂ ਦਾ ਵਿਛੋੜਾ ਪੈ ਗਿਆ ਇਹਨਾਂ ਨੇ ਰੱਬ ਦਾ ਕੀ ਕਰ ਲਿਆ, ਜਦੋਂ ਮੇਰੀ ਮਾਂ ਤੁਰੀ ਤੇ ਮੈਂ ਕੀ ਕਰ ਲੈਣਾ। ਬੋਲੋ ਵਾਹਿਗੁਰੂ ਜੀ। ਫਿਰ ਆਵੇਗਾ ਵੀ ਹਾਂ ਠੀਕ ਖੜਾ ਮੈਂ ਜਿੱਥੇ ਖੜਾ, ਫਿਰ ਦੁੱਖ ਜ਼ਰੂਰ ਲੱਗੇਗਾ ਵੀ ਮਾਂ। ਕਿਸੇ ਦਾ ਵੀ ਸੁੱਖ ਜਿਹੜਾ ਉਹਦੇ ਜਾਣ ਤੋਂ ਬਾਅਦ ਪਤਾ ਲੱਗਦਾ, ਘਰ ਵਿੱਚ ਕੋਈ ਰੁੱਖ ਲੱਗਾ ਹੋਵੇ ਬੂਟਾ ਲੱਗਾ ਹੋਵੇ ਹੋ ਸਕਦਾ ਲੱਗੇ ਸਮੇਂ ਇੰਨੇ ਉਹਦਾ ਸੁੱਖ ਨਾ ਹੋਵੇ, ਹੋ ਸਕਦਾ ਲੱਗੇ ਸਮੇਂ ਉਹਦਾ ਇੰਨਾ ਮੁੱਲ ਨਾ ਪੈਂਦਾ ਹੋਵੇ, ਪਰ ਜਦੋਂ ਪੁੱਟਦੇ ਨਾ ਉਹ ਬੂਟੇ ਨੂੰ ਜਿੰਨੀ ਵਾਰੀ ਲੰਘੇਗਾ ਵੇਖ ਕੇ ਚੇਤਾ ਜ਼ਰੂਰ ਆਊਗਾ ਵੀ ਕਿੰਨੀ ਰੌਣਕ ਸੀ ਉਹਦੇ ਨਾਲ। ਬੋਲੋ ਦੁਨੀਆਂ ਦੇ ਰਿਸ਼ਤੇ ਦੇ ਵਿੱਚ ਸਾਰੇ ਆਪੋ ਆਪਣੀ ਥਾਂ ਚੰਗੇ ਨੇ। ਸਾਡੇ ਵਾਲੇ ਇੱਥੇ 50 ਸਾਲ ਹੋ ਗਏ ਅਜੇ ਵੀ ਪਊਆ ਭਜਾਈ ਫਿਰਦਾ ਉਹਨਾਂ ਨੂੰ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਅਜੇ ਵੀ ਵਧੀਆ ਨਹੀਂ ਖਲੋਣ ਦਿੰਦਾ, ਅਜੇ ਵੀ ਚਿੱਤਾ ਹੀ ਨਹੀਂ ਖਲੋਣ ਦਿੰਦਾ ਕਈਆਂ ਨੂੰ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਓਏ ਅਸੀਂ ਕਿੱਦਣ ਕਵਾਂਗੇ ਮਹਾਰਾਜ ਤੇਰੇ ਦਦਾਰਿਆਂ ਦੀ ਲੋੜ, ਕਿੰਨੇ ਕੁ ਹੋਣਗੇ ਹੱਥ ਖੜੇ ਕਰਕੇ ਗੁੱਸਾ ਨਾ ਕਰਿਓ, ਦਿਲੋਂ ਦੱਸਿਓ ਵੀ ਜਿਹੜੇ ਰੋਜ਼ ਆਪਾਂ ਗੁਰੂ ਦੇ ਦਰਸ਼ਨ ਕਰਕੇ ਤੁਰਦੇ ਹਾਂ। ਆਖੋ ਵਾਹਿਗੁਰੂ ਵਾਹਿਗੁਰੂ ਜੀ। ਇਹਨਾਂ ਦਾ ਟਾਈਮ ਦੁਨੀਆਂ ਨੂੰ ਦੇ, ਪਰ ਜਿਹੜਾ ਗੁਰੂ ਦਾ ਟਾਈਮ ਆਪਣੇ ਗੁਰੂ ਨੂੰ ਵੀ ਦੇ। ਆਖੋ ਵਾਹਿਗੁਰੂ। ਗੁਰੂ ਨੇ ਵੀ ਸਮਾਂ ਕੱਢਿਆ ਕਰ, ਜੇ ਸਾਰੇ ਲੋਕਾਂ ਲਈ ਟਾਈਮ ਆ ਤਾਂ ਗੁਰੂ ਨੂੰ ਵੀ ਕੋਈ 5-10 ਮਿੰਟ ਕੱਢ ਕੇ ਜਾਇਆ ਤੇ ਕਰਨਾ, ਗੁਰ ਕਾ ਦਰਸ਼ਨ ਦੇਖ ਦੇਖ ਨਹੀਂ। ਤੂੰ ਤਾਂ ਮਾਤਾ ਕੀ ਅਸੀਸ, ਮਾਂ ਦੀ ਅਸੀਸ ਹੀ ਹੁੰਦੀ ਬੱਚਿਆਂ ਨੂੰ। ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਨਿਮਕਣਾ ਤੁਹਾਨੂੰ ਰੱਬ ਭੁੱਲੇ, ਸਦਾ ਹੀ ਰੱਬ ਚੇਤੇ ਰਵੇ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਨਿਮਕਣਾ ਵਿਸਰੋ ਤੁਮ ਕੋ ਹਰ ਹਰ, ਮਾਂ ਦੀ ਅਸੀਸ ਹੀ ਹੁੰਦੀ ਆ। ਸਾਧ ਸੰਗਤ ਜੀ, ਮਾਤਾ ਜਗਿੰਦਰ ਕੌਰ ਦੀ ਅਸੀਸ ਹੀ ਸੀ ਵੇਖੋ, ਭਾਵੇਂ ਸਿਰ ਦਾ ਸਾਈ ਵੀ ਚੜ੍ਹਾਈ ਕਰ ਗਿਆ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਇੱਕ ਦਿਨ ਇਹੋ ਜਿਹਾ ਆਇਆ ਪੁੱਤਰ ਵੀ ਵਿਛੋੜਾ ਦੇ ਗਿਆ, ਪੁੱਤਰ ਵੀ ਵਿਛੋੜਾ ਦੇ ਗਿਆ। ਪਹਿਲਾਂ ਪਤੀ ਤੁਰ ਗਿਆ ਫਿਰ ਪੁੱਤ ਵੀ ਤੁਰ ਗਿਆ, ਪਿਓ ਦਾ ਪਿਆਰ ਵੀ ਪੋਤਰਿਆਂ ਨੂੰ, ਦਾਦੇ ਦਾ ਪਿਆਰ ਵੀ ਪੋਤਰਿਆਂ ਨੂੰ। ਮੈਂ ਇਤਿਹਾਸ ਦੀ ਲੜੀ ਚ ਰਹਿ ਕੇ ਸਮਾਪਤੀ ਕਰਨ ਲੱਗਾ। ਉਹ ਕਹਿੰਦੀ ਜਦੋਂ ਨੇਤਰ ਬੰਦ ਕੀਤੇ ਨਾ ਆਇਆ ਮਹਾਰਾਜ ਦਾ ਦੀਦਾਰ, ਹੋਏ ਦਰਸ਼ਨ, ਕਹਿੰਦੀ ਪੁੱਤ ਗੋਰਾ ਰੰਗ ਆ, ਮਾਤਾ ਉਹ ਐਡੀ ਲੰਬੀ ਕਲਗੀ ਲੱਗੀ ਉੱਚਾ, ਅੱਗੇ ਇੱਕ ਸੀ ਹੁਣ ਦੋ ਹੋ ਗਏ, ਤੇ ਹੁਣ ਕਮਲਾ ਇੱਕ। ਲੋਕੀ ਕਹਿੰਦੇ ਆ ਵੀ ਜਿਹੜੇ ਬਹੁਤੇ ਰੱਬ ਰੱਬ ਕਰਦੇ ਕਮਲੇ ਨੇ। ਗੁਰੂ ਸਾਹਿਬ ਜੀ ਨੂੰ ਪੁੱਛਿਆ ਮਹਾਰਾਜ ਜੀ ਕਮਲੇ ਅਸੀਂ ਆ ਕਿ ਇਹ ਜਿਹੜੇ ਸਾਨੂੰ ਕਮਲੇ ਕਹਿੰਦੇ ਆ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਲੋਕੀ ਕਹਿੰਦੇ ਵੀ ਇਹ ਕਮਲਾ ਵਿਹਲਾ ਹੀ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਮੈਨੂੰ ਕਹਿੰਦੇ ਕਮਲਾ ਹੀ ਲੱਗਦਾ ਹੈ। ਲੋਕੀ ਉਹ ਦੋਵਾਂ ਮਾਂ ਪੁੱਤਾਂ ਨੂੰ ਕਮਲੇ ਕਹਿਣ ਵੀ ਇਹ ਕਮਲੇ, ਦੋਵੇਂ ਬੈਠੇ ਰਹਿੰਦੇ। ਉਹ ਕਹਿਣ ਵੀ ਲੋਕੀ ਕਮਲੇ ਆ, ਇਹ ਰੱਬ ਦਾ ਨਾਮ ਹੀ ਨਹੀਂ ਲੈਂਦੇ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਕਈ ਦਿਨ ਇਸ ਤਰ੍ਹਾਂ ਲੰਘ ਗਏ,
ਮਾਂ ਸੇਵਾ ਕਰ, ਬਾ ਮਾਰਨ ਘਰੇ ਬੁਲਾਈਏ ਖਾਂ, ਹਾਂ ਠੀਕ ਆ। ਮਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਫਿਰ ਸਿਮਰਨ ਕਰਕੇ ਇੱਕ ਖੇਸ ਬਣਿਆ, ਇਤਿਹਾਸ ਲਿਖਦੇ ਕੀ ਕਹਿੰਦੇ ਚੋਲਾ ਬਣਾਇਆ, ਆਪ ਆਟਾ ਪੀਸਿਆ, ਇੱਥੋਂ ਤੱਕ ਇਤਿਹਾਸ ਲਿਖਦਾ। ਮਾਤਾ ਦੇ ਨੈਣ ਪ੍ਰਾਣ ਵੀ ਜਵਾਬ ਦੇ ਗਏ, ਹੁਣ ਬੋਲੋ ਵਾਹਿਗੁਰੂ। ਵਾਹਿਗੁਰੂ ਜੀ ਉਡੀਕਾਂ ਵਿੱਚ ਤੇ ਸਾਧ ਸੰਗਤ ਜੀ ਹੁਣ ਇਹੋ ਸੋਚਾਂਗੇ ਨਾ ਵੀ ਇਹਨਾਂ ਦਾ ਆਪਣੀ ਉਮਰ ਭੋਗ ਲਈ ਹੈ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਕਿੱਡੀ ਵੱਡੀ ਗੱਲ, 112 ਸਾਲ ਉਮਰ ਮਾਤਾ ਜਗਿੰਦਰ ਕੌਰ ਦੀ, ਬੱਲੇ ਬੱਲੇ ਕਿੰਨੀ ਕਿਰਪਾ ਗੁਰੂ ਜੀ, ਕਿੱਡਾ ਵੱਡੀ ਫੁਲਵਾੜੀ ਦੇ ਮਾਲਕ ਨੇ। ਸਾਧ ਸੰਗਤ ਜੀ ਆਓ ਜਰਾ ਰਹੋ ਲੜੀ ਚ, ਮਾਤਾ ਜੀ ਅਤੇ ਮਾਤਾ ਭਾਗ ਭਰੀ ਦਿਨ ਰਾਤ ਤਰਲੇ ਲੈਂਦੀ ਉਮਰ ਦਾ ਤਖਾਜੇ ਦੇ ਹਿਸਾਬ ਨਾਲ, ਕਹਿੰਦੇ ਨੈਣ ਵੀ ਜਵਾਬ ਦੇ ਗਏ, ਲੱਤਾਂ ਬਾਹਾਂ ਜਵਾਬ ਦੇ ਗਈਆਂ, ਤੇ ਦਿਨ ਰਾਤ ਕਹਿੰਦੇ ਮਹਾਰਾਜ ਕਿਰਪਾ ਕਰੋ ਇਸ ਤਰ੍ਹਾਂ ਨਾ ਹੋਵੇ ਵੀ ਕਿਤੇ ਜਾਨ ਨਿਕਲ ਜੇ, ਮੈਂ ਚਾਹੁੰਦੀ ਹਾਂ ਮੈਂ ਜਿਉਂਦਿਆਂ ਜੀ ਤੁਹਾਡੀ ਕਰੀ ਸੇਵਾ ਕਰ ਲਵਾਂ। ਬੋਲੋ ਜਿਉਂਦਿਆਂ ਜੀ ਤੁਹਾਡੇ ਕਰੀ ਦਰਸ਼ਨ ਕਰ ਲਵਾਂ। ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੰਜਰਾਂ ਨੂੰ ਮਾਰਦੇ ਹੋਏ ਹੋਏ ਪ੍ਰਸ਼ਾਦਾ ਜੇ ਨੀ ਛਕਣਾ, ਪਹਿਲਾਂ ਹੈ ਕਰੋ ਇਹਨਾਂ ਨੂੰ ਛਕਾਓ ਜਿਹੜੇ ਲਾਗੇ ਲਾਗੇ ਮੇਲਾ ਵੇਖਣ ਆਏ। ਬੋਲੋ ਵਾਹਿਗੁਰੂ ਵਾਹਿਗੁਰੂ ਜੀ। ਹੁਣ ਲੋਕੀ ਵਾਕਈ ਉੱਥੇ ਗਏ ਸੀ ਵੀ ਜਿੰਨਾ ਘਰੇ ਆਪਦੀ ਰੋਟੀ ਨੀ ਪੱਕਦੀ ਦੋਵਾਂ ਜੀਆਂ ਦੀ, ਉਹ ਗੁਰੂ ਦੀ ਸੇਵਾ ਕਿਵੇਂ ਕਰਨਗੇ? ਤੇ ਮਹਾਰਾਜ ਕਹਿੰਦੇ ਗੁਰੂ ਦੀ ਸੇਵਾ ਤੇ ਹੋ ਜਾਓ, ਪਹਿਲਾਂ ਇਹਨਾਂ ਨੂੰ ਰਜਾਣਾ ਜਿੰਨੇ ਬੈਠੇ ਲਾਗੇ ਲਾਗੇ। ਆਖੋ ਵਾਹਿਗੁਰੂ ਜੀ। ਫਿਰ ਇਹੋ ਜਿਹੀ ਗੁਰੂ ਸਾਹਿਬ ਨੇ ਬਰਕਤ ਵਰਤਾਈ, ਜਿਹੜਾ ਕੱਲਾ ਗੁਰੂ ਸਾਹਿਬ ਜੀ ਅੰਨ ਪਦਾਰਥ ਬਣਿਆ ਸੀ ਸਾਰੀ ਸੰਗਤ ਵਿੱਚ ਵਰਤਦਾ ਪਿਆ, ਤਾਂ ਵੀ ਨਹੀਂ ਮੁੱਕਦਾ ਪਿਆ। ਆਖੋ ਵਾਹਿਗੁਰੂ ਵਾਹਿਗੁਰੂ ਜੀ। ਤੋੜ ਨਾ ਆਵੇ ਵੱਧੋਂ ਜਾਈ, ਘਟਦਾ ਨੀ ਵੱਧਦਾ ਹੀ ਜਾਂਦਾ ਪਿਆ, ਜਿੰਨੀ ਸੰਗਤ ਰੱਜ ਰੱਜ ਕੇ ਕਹਿੰਦੇ ਘਰਾਂ ਨੂੰ ਵੀ ਲੈ ਜਾਓ, ਘਰਾਂ ਨੂੰ ਵੀ ਲੈ ਕੇ ਤੁਰ ਪਏ, ਫਿਰ ਕਿਤੇ ਹੁਣ ਬਣਾਓ ਸਿੰਘਾਂ ਦੀ ਸੰਗਤ। ਆਖੋ ਵਾਹਿਗੁਰੂ ਵਾਹਿਗੁਰੂ। ਸਿੱਖਾਂ ਨੂੰ ਵੀ ਛਕਾਇਆ ਤੇ ਮਾਤਾ ਭਾਗਾਂ ਭਰੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਕਹੀ, ਕਹਿੰਦੇ ਮਾਤਾ ਇੰਨਾ ਪਿਆਰ ਕੀਤਾ ਦੱਸ ਕੀ ਚਾਹੀਦਾ। ਆਖੋ ਵਾਹਿਗੁਰੂ। ਆ ਧਾਰਨਾ ਕਹਿ ਕੇ ਸਮਾਪਤੀ, ਜਦੋਂ ਮਾਤਾ ਨੇ ਆਹ ਗੱਲ ਕਹੀ ਨਾ, ਮਹਾਰਾਜ ਜੀ ਜਿਉਂਦਾ ਜੀ ਤੇ ਬੜੇ ਹੋਣਗੇ ਦਰਸ਼ਨ ਕਰਨ ਵਾਲੇ, ਮੇਰੀ ਇੱਕੋ ਇੱਛਾ ਹੈ ਵੀ ਤੁਸੀਂ ਆਏ ਹੋ, ਮੈਂ ਚਾਹੁੰਦੀ ਹਾਂ ਵੀ ਹੁਣ ਤੁਹਾਡੇ ਤੋਂ ਬਾਅਦ ਕੁਝ ਵੇਖਣ ਨਾ ਹੋਣਾ। ਆਖੋ ਵਾਹਿਗੁਰੂ ਵਾਹਿਗੁਰੂ ਜੀ। ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਮੇਰੇ ਸਵਾਸ ਹੀ ਪੂਰੇ ਕਰ ਦਿਓ ਅੱਜ। ਆਖੋ ਵਾਹਿਗੁਰੂ ਵਾਹਿਗੁਰੂ ਜੀ। ਬਿਨਾ ਮੰਗਿਆ ਕਰੇ ਮੁਰਾਦ ਪੂਰੀ, ਇਹੋ ਜਿਹੇ ਫਕੀਰ ਦੇ ਕਿਆ ਕਹਿਣੇ, ਕਿਹਦੇ ਉੱਤੇ ਗੁਰੂ ਦਾ ਹੱਥ ਹੋਵੇ, ਜਿਹਦੇ ਉੱਤੇ ਗੁਰੂ ਦਾ ਹੱਥ ਹੋਵੇ, ਤਕਦੀਰ ਦੇ ਕਿਆ ਕਹਿਣੇ। ਉਹ ਕਹਿੰਦਾ ਬਿਨਾ ਮੰਗਿਆ ਕਰੇ ਮੁਰਾਦ ਪੂਰੀ ਹੈ, ਉਹ ਜੇ ਫਕੀਰ ਦੇ ਕਿਆ ਕਹਿਣੇ, ਜਿਹਦੇ ਉੱਤੇ ਗੁਰੂ ਦਾ ਹੱਥ ਹੋਵੇ, ਇਹੋ ਜਿਹੀ ਤਕਦੀਰ ਦੇ ਕਿਆ ਕਹਿਣੇ। ਉਹ ਲੋਕੀ ਸੜਕਾਂ ਤੇ ਮਰਦੇ ਬੜੇ ਵੇਖੇ ਹੋਣਗੇ, ਸੁਣੋ ਹੁਣ, ਹਸਪਤਾਲਾਂ ਚ ਮਰਦੇ ਬੜੇ ਵੇਖੇ ਹੋਣਗੇ, ਉਹ ਜੇਲਾਂ ਚ ਸੜਕੇ ਮਰਦੇ ਵੇਖੇ ਹੋਣਗੇ ਉਮਰਾਂ ਭੋਗ ਕੇ, ਪਰ ਕਹਿੰਦਾ ਗੁਰੂ ਦੇ ਚਰਨਾਂ ਚ ਜੀਂਦੀ ਅਖੀਰ ਹੋਵੇ, ਇਹੋ ਜਿਹੀ ਅਖੀਰ ਦੇ ਕਿਆ ਕਹਿਣੇ। ਉਹ ਲੋਕੀ ਮਰਦੇ
ਦੇ ਬੜੇ ਲੋਕੀ ਸਾਰੇ ਕਹਿੰਦੇ ਰੱਬਾ ਸਵਰਗਾਂ ਚ ਦੇ ਦੀ। ਮਾਂ ਕਹਿੰਦੀ ਮੈਂ ਤੇ ਇਹ ਚਾਹੁੰਦੀ ਮੈਂ ਜਿਉਂਦਿਆਂ ਜੀ ਅੱਜ ਸਵਰਗ ਵੇਖਾਂ। ਬੋਲੋ ਸਾਰੇ ਬੋਲੋ। ਤੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ, ਕਹਿੰਦੇ ਮਾਤਾ ਲੋਕੀ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ, ਤੂੰ ਆਪਣੇ ਪਰਿਵਾਰ ਦੀ ਸੁੱਖ ਮੰਗੀ, ਆਪਣਾ ਅੰਤਮ ਸਮਾਂ ਮੰਗਿਆ, ਜਾਂ ਜਿਵੇਂ ਤੇਰੀ ਗੁਰੂ ਨਾਲ ਨਿਭੀ ਤੇਰੇ ਪਰਿਵਾਰ ਦੀ ਵੀ ਇਸ ਤਰ੍ਹਾਂ ਨਿਭੇਗੀ। ਬੋਲੋ ਸਾਧ ਸੰਗਤ ਜੀ, ਮਾਤਾ ਦਾ ਬੜਾ ਵੱਡੀ ਅਸੀਸ ਹੁੰਦੀ ਬੱਚਿਆਂ ਨੂੰ, ਉਹ ਤਾਂ ਮਾਤਾ ਕੀ ਅਸੀਸ। ਆਓ ਪਿਆਰ ਵਿੱਚ ਇੱਕ ਸ਼ਬਦ ਪੜ੍ਹ ਕੇ ਸਮਾਪਤੀ, ਮਿਲ ਕੇ ਆਨੰਦ ਸਾਹਿਬ ਦੇ ਜਾਓ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੀ, ਹੁਣ ਗੱਜ ਕੇ ਬੋਲੋ ਜੀ ਇੱਕ ਵਾਰੀ, ਵਾਹਿਗੁਰੂ। ਸਾਰੀ ਸੰਗਤ ਬੋਲੋ ਜੀ, ਸੰਗਤ ਬੋਲੋ ਵਾਹਿਗੁਰੂ, ਉੱਚੀ ਬੋਲੋ ਵਾਹਿਗੁਰੂ, 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 ਬਹੁਤ ਤਰਲਾ ਵਾਹਿਗੁਰੂ। ਮੈਂ ਸ਼ੁਰੂ ਵਿੱਚ ਵੀ ਕਿਹਾ, ਬੜੇ ਨੇ ਤੁਹਾਡੇ ਖੇਤਰਾਂ ਦੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਤੱਕ ਵਾਹਿਗੁਰੂ ਨਹੀਂ ਜੋ ਕਹਿੰਦੇ, ਬੋਲਿਆ ਤਾਂ ਫਿਰ ਬੋਲਾਂਗੇ ਕਿੱਥੇ, ਫਿਰ ਮਾਫ਼ ਕਰਿਆ ਜੋ ਫਿਰ ਆਪਾਂ ਬੋਲਦੇ ਨਹੀਂ, ਫਿਰ ਉਹ ਸਾਨੂੰ ਬੁਲਾਉਂਦਾ ਹੈ, ਸਮਾਂ ਹੀ ਇਸ ਤਰ੍ਹਾਂ ਦਾ ਲਿਆ ਦਿੱਤਾ, ਫਿਰ ਕਹਿੰਦਾ ਵੀ ਬਾਬਾ ਜਿੰਨੇ ਪਾਠ ਕਹਿੰਦਾ ਓਨੇ ਹੀ ਕਰੂੰਗੀ, ਹੁਣ ਬੋਲੋ ਵਾਹਿਗੁਰੂ। ਜਿੰਨੀ ਸੇਵਾ ਕਹਿੰਦਾ ਓਨੇ ਹੀ ਕਰੂੰਗਾ, ਉਹ ਕਹਿੰਦਾ ਪਹਿਲਾਂ ਹੀ ਕਰਕੇ ਰਹਿੰਦੀ ਤੇ ਆ ਟਾਈਮ ਹੀ ਨਾ ਆਉਂਦਾ, ਆ ਪਹਿਲਾਂ ਹੀ ਜੁੜੀ ਰਹਿੰਦੀ ਤੇ ਅੱਜ ਇਸ ਤਰ੍ਹਾਂ ਦਾ ਟਾਈਮ ਬਣਦਾ ਹੀ ਨਾ। ਕਾਲੇ ਪੈਂਡੇ ਕੱਪੜੇ ਕਾਲਾ ਗੁਣਗੀ ਭਰਿਆ ਮੈਂ ਪਿਰਾ, ਲੋਕ ਕਹੇ ਦਰਵੇਸ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਕਰਦਾ। ਆਜਾ ਦੋ ਮਿੰਟ ਵਾਹਿਗੁਰੂ ਦੀ ਗੱਲ ਕਰ ਲੈ, ਬੋਲ ਵਸਨਾ ਤੋਂ ਵਾਹਿਗੁਰੂ, ਸਾਰੇ ਬੋਲੋ, ਕਰਿਓ ਕਿਰਪਾ, ਨੇਤਰ ਬੰਦ ਕਰਕੇ ਦੋ ਮਿੰਟ ਲਾਓ ਚਾਹੁੰਦਾ ਸਮਾਪਤੀ। ਦੇਵੋ ਸਜਣ ਅਸੀਂ ਸੜੀਆਂ ਕਰੋ ਭਾਈ ਸਿੰਘ ਜੀ।
ਆਸਰਾ ਦਿੱਤਾ ਸੁਖਵਿੰਦਰ ਸਿੰਘ ਸੰਧੂ ਦੀ ਪਰਵਰਿਸ਼
ਇਹਨਾਂ ਦੀ ਦੇਖ ਰੇਖ, ਇਹਨਾਂ ਦੀ ਸੇਵਾ ਸੰਭਾਲ 'ਚ ਇੰਨਾ ਕੁ ਦਿਨ ਰਾਤ ਜ਼ੋਰ ਲਾਇਆ, ਇੰਨਾ ਕੁ ਪਿਆਰ ਦੁਨੀਆਂ ਵਿੱਚ ਖੱਟਿਆ, ਅੱਜ ਤੁਹਾਡੇ ਸਾਹਮਣੇ ਏਡਾ ਵੱਡਾ ਇਕੱਠ ਆ। ਭਾਵੇਂ ਰੋਜ਼ ਹੀ ਸਮਾਗਮਾਂ 'ਤੇ ਜਾਈਦਾ, ਪਰ ਇਸ ਤਰ੍ਹਾਂ ਦੀ ਸਮਾਗਮ ਬੜੀ ਘੱਟ ਵੇਖੀ ਦੇ, ਜਿੱਥੇ ਪੂਰਾ ਇਲਾਕਾ ਹੀ ਅੱਜ ਸਿਰ ਝੁਕਾਉਣ ਵਾਸਤੇ ਆਇਆ। ਬੋਲੋ ਵਾਹਿਗੁਰੂ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰੇ ਪਰਿਵਾਰ ਦੇ ਸਿਰ 'ਤੇ ਮੇਹਰ ਦਾ ਹੱਥ ਰੱਖਣ। ਸਤਿਗੁਰੂ ਜੀ, ਸਤਿਕਾਰਯੋਗ ਵੱਡੇ ਭਾਅ ਜੀ ਸੁਖਮਿੰਦਰ ਸਿੰਘ ਜੀ ਹੋਣਾ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ, ਉਹਨਾਂ ਦੇ ਸਾਰੇ ਪਰਿਵਾਰ ਨੂੰ ਠੰਡ ਵਰਤਾਉਣ, ਮਾਤਾ ਜੀ ਨੂੰ ਆਪਣੇ ਸੋਹਣੇ ਚਰਨਾਂ 'ਚ ਨਿਵਾਸ ਬਖਸ਼ਣ। ਸਾਰੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ, ਮਹਾਂਪੁਰਸ਼ਾਂ ਦਾ, ਪ੍ਰਬੰਧਕਾਂ ਦਾ, ਸਾਰਿਆਂ ਦਾ ਧੰਨਵਾਦ। ਸਾਡੇ ਵੱਡੇ ਭਾਅ ਜੀ ਸਰਦਾਰ ਪਿੱਪਲ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਹੁਕਮ ਕਰਕੇ ਸੇਵਾ ਲਾਈ ਸੀ ਕੀਰਤਨ ਦੀ, ਭਾਅ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ, ਦੂਰ ਦੁਰਾਡੇ ਤੋਂ ਜਿੰਨੇ ਆਏ, ਤੁਹਾਡੇ ਸਾਰਿਆਂ ਦਾ ਚੱਲਿਆ ਕਦਮ ਕਦਮ ਸਾਡੇ ਪਰਿਵਾਰ ਦੇ ਸਿਰ ਮੱਥੇ 'ਤੇ। ਆਓ ਹੁਣ ਸਾਰੇ ਮਿਲ ਕੇ ਆਪਾਂ ਆਨੰਦ ਸਾਹਿਬ ਦੇ ਜਾਪ ਕਰੀਏ। ਦਿੱਤਾ ਸਮਾਂ ਸਮਾਪਤ ਹੋ ਗਿਆ, ਸਾਰੇ ਕਿਰਪਾ ਕਰਿਓ ਆਨੰਦ ਸਾਹਿਬ 'ਚ ਬੋਲਿਓ, ਉਪਰੰਤ ਸਮਾਪਤੀ ਆ। ਧੰਨ ਧੰਨ ਸੰਤ ਬਾਬਾ ਰਾਮ ਲਾਲ ਜੀ ਫਿਰੋਜ਼ਪੁਰ ਤੋਂ, ਇਹਨਾਂ ਮਹਾਂਪੁਰਸ਼ਾਂ ਦੇ ਘਰ ਵੱਲੋਂ ਸਾਡੇ ਜੱਥੇ ਦੀ ਹਾਜ਼ਰੀ ਪ੍ਰਵਾਨ ਕਰਿਓ। ਬਾਬਾ ਦਰਸ਼ਨ ਸਿੰਘ ਜੀ, ਬਾਬਾ ਬਚਿੱਤਰ ਸਿੰਘ ਜੀ, ਜਿਹਨਾਂ ਦੀ ਅਸੀਂ ਇਸ ਨਾਲ ਦਿਨ ਰਾਤ ਦੇਸ਼ਾਂ ਵਿਦੇਸ਼ਾਂ 'ਚ ਤੁਰੇ ਫਿਰਦੇ ਹਾਂ। ਗੁਰੂ ਜੀ ਕਿਰਪਾ ਕਰਨੀ, ਇਸੇ ਤਰ੍ਹਾਂ ਮੇਹਰ ਦਾ ਤਰਾਕੀ ਚੜ੍ਹਦੀ ਕਲਾ ਨਾਲ ਸਤਿਗੁਰੂ ਜੀ ਸੇਵਾ ਲੈਣ, ਬਾਅਦ ਘਾਟ ਕੁੰਡ 'ਚ ਮਾਫ਼ ਕਰਿਓ, ਅਸੀਸ ਬਖਸ਼ਿਆ ਜੋ ਮਹਾਰਾਜ ਸੇਵਾ ਲੈਣ। ਸਾਰੇ ਪਰਿਵਾਰ ਦਾ, ਸਾਰੀ ਸੰਗਤ ਦਾ, ਸਭ ਦਾ ਹੀ ਧੰਨਵਾਦ ਜੀ ਆਇਆਂ ਨੂੰ। ਆਓ ਸਾਰੇ ਮਿਲ ਕੇ ਹੁਣ ਆਨੰਦ ਸਾਹਿਬ ਦੇ ਜਾਪ ਕਰੀਏ। ਚਾਰ ਗਵਾਇਆ ਸਭ ਲਿਖ ਰੱਬ ਮੰਗੇ ਸੀਆ, ਤੋਇਆ ਨੂੰ ਕਿਹੜੇ ਕੰਮ, ਰਾਮ ਕਲੀ ਮਹੱਲਾ ਤੀਜਾ ਨੰਦ ਕਿਉਂ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਪਾਏ, ਸਰਵ ਹਜ਼ੂਰ ਸਭ ਆਪ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜ ਪਿਆਰੇ ਚਾਰ ਸਭ ਜਾਤੇ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਸ਼ਹੀਦਾਂ ਮੋਰੀ ਤਾਂ ਨਾਮ ਲੱਭਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੇ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਾਂ ਸਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕੰਵਾਏ ਖੋਪਰੀਆਂ ਲੋਹਾਈਆਂ ਚਰਕਣੀਆਂ ਤਿਕੜੀ ਆਰਿਆਂ ਨਾਲ ਚੜਾਏ ਗਏ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਇਆ ਮੁੱਖੋਂ ਸੇਨਾ ਪਹੁੰਚਾਰਿਆ ਤੇਰਾ ਪਾਣਾ ਮਿੱਠਾ ਕਰਕੇ ਮੰਨਿਆ ਸਿੰਘਾਂ ਸਿੰਘਣੀਆਂ ਭਜੋਈਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਫਤਿਹ ਬਿੰਦਗੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਪੁੰਗੇ ਜੁਗੂ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸ੍ਰੀ ਵਾਹਿਗੁਰੂ ਆਪ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧਰ ਰੱਖਿਆ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ
ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਉੱਟ ਨਿਆਸਿਆਂ ਦੇ ਆਸਰੇ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਗੜੀ ਹੈ ਪਾਤਸ਼ਾਹ ਜੀ ਆਪ ਜੀ ਦਾ ਵਾਕ ਹੈ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੀ ਘੱਲਿਆ ਵੇ ਨਾਨਕਾ ਸੱਦੇ ਉੱਠੀ ਜਾਹੇ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੇ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਵਾਨ ਮਾਤਾ ਜੋਗਿੰਦਰ ਕੌਰ ਗੁਰਮਾਜ ਪਾਤਸ਼ਾਹ ਜੀ ਆਪ ਜੀ ਦੀ ਬਖਸ਼ੀ ਹੋਈ ਆਤਮ ਭੋਗ ਕੇ ਸੰਸਾਰ ਤੇ ਯਾਤਰਾ ਕਰਦੇ ਹੋਇਆ ਕੁਝ ਦਿਨ ਪਹਿਲਾਂ ਆਪ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਹਨ ਉਹਨਾਂ ਦੀ ਰੂਹ ਦੀ ਕਲਿਆਣ ਨੂੰ ਮੁੱਖ ਰੱਖਦਿਆਂ ਹੋਇਆ ਸਮੁੱਚੇ ਸੇਵਕ ਪਰਿਵਾਰ ਨੇ ਗ੍ਰਹਿਵਿਕ ਸ੍ਰੀ ਸਹਿਜ ਪਾਠ ਪਰ ਆਰੰਭ ਕਰਵਾਏ ਸਨ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ ਖੁੱਲ੍ਹੇ ਪੰਡਾਲ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦੇ ਮਹਾਂਵਾਕਾਂ ਅਨੁਸਾਰ ਕੀਰਤਨ ਕਥਾ ਵਿਚਾਰਾ ਹੋਈਆਂ ਹਨ ਗ੍ਰੰਥੀ ਸਿੰਘਾਂ ਤੋਂ ਪਾਠ ਕਰਦਿਆਂ ਤੋਂ ਕੀਰਤਨਾਂ ਜਥੇ ਤੋਂ ਕੀਰਤਨ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੋਧ ਸਪਸ਼ਟ ਗੁਰਬਾਣੀ ਪੜ੍ਹੀ ਸੁਣ ਸੇਵਾ ਕਰਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਗੁਰਬਾਣੀ ਸੋਧ ਕੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਪ੍ਰਵਾਨ ਕਰਨਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਅੰਗ ਸੰਗ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਵਿੱਚ ਰੱਖਣਾ ਦੁੱਖਾਂ ਕਲੇਸਾਂ ਦਾ ਨਾਸ ਕਰਨਾ ਭਜਨ ਬਾਣੀ ਦਾ ਪ੍ਰਤਾਪ ਕਰਨਾ ਘਰ ਦੇ ਵਿੱਚ ਦੁੱਖਾਂ ਕਲੇਸਾਂ ਦਾ ਨਾਸ ਕਰਨਾ ਬੱਚਿਆਂ ਨੂੰ ਤੰਦਰੁਸਤੀਆਂ ਲੰਮੀਆਂ ਆਰਜੂਆਂ ਵਿਦਿਆ ਦਾਨ ਗੁਰਸਿੱਖੀ ਜੀਵਨ ਬਖਸ਼ਣਾ ਮਾਲ ਨਗਰ ਤੇ ਮਿਹਰ ਭਰਿਆ ਹੱਥ ਰੱਖਣਾ ਫਸਲਵਾੜੀ ਵਿੱਚ ਵਾਧਾ ਕਰਨਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਦੀਆਂ ਲੰਮੀਆਂ ਉਮਰਾਂ ਕਰਨੀਆਂ ਦੇਹ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਗੁਰੂ ਗਰੀਬ ਨੂੰ ਅੱਜ ਪਾਤਸ਼ਾਹ ਜੀ ਆਈ ਸੰਗਤ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਕਦਮ ਕਦਮ ਲੈ ਕੇ ਆਉਣਾ ਸਭ ਮਨੋਕਾਮਨਾ ਸੰਪੂਰਨ ਕਰਨੀਆਂ ਸੰਗਤਾਂ ਨੂੰ ਚਰਨਾਂ ਨਾਲ ਜੋੜ ਕੇ ਗੁਰਬਾਣੀ ਅਤੇ ਬਾਣੇ ਨਾਲ ਜੋੜਨਾ ਤਿਲ ਫੁਲਾ ਭੇਟਾ ਪ੍ਰਵਾਨ ਕਰਨਾ ਗੁਰੂ ਗਰੀਬ ਨੂੰ ਅੱਜ ਪਾਤਸ਼ਾਹ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਸਮਰੱਥਾ ਤਾਕਤਾਂ ਬਖਸ਼ਿਸ਼ ਕਰਨੀ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਵਿਲਿਆਂ ਆਪ ਦਾ ਨਾਮ ਚਿੱਤਿਆ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦੋਹਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮਹਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਨ ਹਾਰ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਬ੍ਰਹਮ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਹੋਂ ਆਇਆ ਦੂਰੋਂ ਚੱਲ ਕਰੇ ਮੈਂ ਤੱਕੀ ਤਾਂ ਸਰਣਾਈ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਈ ਜੀਓ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਰੀ ਕੱਲੀ ਆਵੇ ਨਾਨਕਾ ਸਦੈ ਉੱਠੀ ਜਾਏ ਰਾਣਾ ਰਾਮ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ ਸਤਨਾਮ
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਿਲਵਾ ਵਾਲ ਨਾ ਵੰਗਾ ਹੋਆ ਮਜ਼ਾ ਗੁਰਿਆਂ ਦਾ ਦਸੇ ਜਪ ਹਰ ਹਰ ਕਿਲ ਵਿਖ ਨਸੇ ਵਿੱਚ ਕਰਤਾ ਪੁਰਖ ਖਿਲਵਾ ਵਾਲ ਨਾ ਵੰਗਾ ਹੋਆ ਮਜਨਾ ਗੁਰਿਆਂ ਦਾ ਰਸੇ ਜਪ ਹਰ ਹਰ ਕਿਲ ਵਿਖ ਨਸੇ ਸੰਤ ਹੋ ਰਾਮਦਾਸ ਸਰੋਵਰ ਨਿਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਆ ਹੈ ਜੀ ਕਾ ਜੈ ਜੈਕਾਰ ਜਗ ਗਾਵੈ ਮਨ ਚਿੰਦੜੈ ਫਲ ਪਾਵੈ ਸਹੀ ਸਲਾਮਤ ਨਾਇ ਆਏ ਆਪਣਾ ਪ੍ਰਭੂ ਧਿਆਈ ਸੰਤ ਸਰੋਵਰ ਨਾਵੈ ਸੂਜਨ ਪਰਮ ਗਤ ਪਾਵੈ ਮਰੈ ਨਾ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੂਜਨ ਜਿਸ ਦਿਆਲ ਹੋਈ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਇਹੋ ਬ੍ਰਹਮ ਵਿਚਾਰ ਸੁਜਾਨਾ ਜਿਸ ਦਿਆਲ ਹੋਈ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇ ਵੀ ਦੂਰ ਦੁਰਾਡੇ ਤੋਂ ਭੈਣ ਭਰਾ ਸੰਗਤ ਸਾਥ ਸੰਬੰਧੀ ਰਿਸ਼ਤੇਦਾਰ ਪਤਵੰਤੇ ਸੱਜਣ ਆਏ ਨੇ, ਸਭ ਨੂੰ ਰੋਮ ਰੋਮ ਕਰਕੇ ਜੀ ਆਇਆਂ ਨੂੰ ਕੁਟਾਣ ਕੋਟ ਧੰਨਵਾਦ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜੇ ਦੁੱਖ ਦੀ ਘੜੀ ਵਿੱਚ ਆਪ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਅਸੀਸ ਦੇਣ ਵਾਸਤੇ ਵਿਰਾਜਮਾਨ ਨੇ। ਸੋ ਹੁਣ ਜੋ ਅਗਲਾ ਪ੍ਰੋਗਰਾਮ ਹੈ, ਸ੍ਰੀ ਕਮਲ ਅਗਰਵਾਲ ਜੀ ਜੋ ਸਟੇਜ ਦੀ ਕਾਰਵਾਈ ਆਪਣੀ ਸੰਭਾਲਣਗੇ, ਕਿਉਂਕਿ ਇਸ ਪਰਿਵਾਰ ਦਾ ਸਮੁੱਚੇ ਇਲਾਕੇ ਦੇ ਨਾਲ ਹੀ ਬੜਾ ਪਿਆਰ ਆ। ਤੋ ਕੋਈ ਵੀ ਮਹਾਨ ਹਸਤੀ ਇੱਥੇ ਇਲਾਕੇ ਦੀ ਰਹਿ ਨਹੀਂ ਗਈ, ਸੋ ਸਾਰਿਆਂ ਦੀ ਉਹਨਾਂ ਨੇ ਸਮੇਂ ਸਮੇਂ ਸਿਰ ਹਾਜ਼ਰੀ ਲਗਾਉਣੀ ਆ। ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅਗਲੇ ਪ੍ਰੋਗਰਾਮ ਦੀ ਜੋ ਕਾਰਵਾਈ ਸੰਭਾਲਣ, ਦਾਸ ਵੱਲੋਂ ਸੇਵਾ ਨਿਭਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜਗਿੰਦਰ ਕੌਰ ਸੰਧੂ ਜਿਹੜੇ ਇਸ ਪਰਿਵਾਰ ਦੇ ਮੁੱਢ ਸਨ, 112 ਸਾਲ ਦੀ ਉਮਰ ਭੋਗ ਕੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ ਆ। ਅੱਜ ਪਰਿਵਾਰ ਦੇ ਨਾਲ ਇਲਾਕੇ ਦੀ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਆ। ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ। ਹੁਣ ਮੈਂ ਬੇਨਤੀ ਕਰੂੰਗਾ ਜਥੇਦਾਰ ਸਤਨਾਮ ਸਿੰਘ ਬਨਾਵਾ, ਉਹ ਵੀ ਪਰਿਵਾਰ ਦਾ ਨੇੜੇ ਦੇ ਆ, ਜਿਹੜੇ 2 ਮਿੰਟ ਆ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਤਨਾਮ ਸਿੰਘ ਜੀ ਬਨਾਵਾ ਸੰਦੇ ਮਾਲਕ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਿਲ ਬੈਠੇ ਹੋ।
ਫਤਿਹ ਅਰਜ਼ ਕਰਦਾ ਹਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀ ਹੋਇਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜੇ ਪ੍ਰਾਣ ਜੀਓ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਨੇ ਬਹੁਤ ਹੀ ਵਿਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪਰਮ ਸਤਿਕਾਰਯੋਗ ਖਾਲਸਾ ਜੀ, ਫਰੀਦ ਸਾਹਿਬ ਗੁਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਨੇ, ਫਰੀਦਾ ਕਿੱਥੇ ਤੈਨੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਨਿਓ ਹੈ। ਕਬੀਰ ਸਾਹਿਬ ਗੁਰਬਾਣੀ ਅੰਦਰ ਬੜਾ ਸੁੰਦਰ ਲਿਖਦੇ ਨੇ, ਕਬੀਰ ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ। ਪਰਮ ਸਤਿਕਾਰਯੋਗ ਖਾਲਸਾ ਜੀ, ਕਿਸੇ ਕਵੀ ਨੇ ਦੋ ਲੈਣਾ ਬੜੀਆਂ ਸੁੰਦਰ ਲਿਖੀਆਂ ਨੇ, ਮਾਂ ਵਰਗਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਏ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵੱਲ। ਪਰਮ ਸਤਿਕਾਰਯੋਗ ਖਾਲਸਾ ਜੀ, ਉਹ ਰੱਬ ਵਰਗੀ ਮਾਂ ਮਾਤਾ ਜਗਿੰਦਰ ਕੌਰ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ। ਪਰਮ ਸਤਿਕਾਰਯੋਗ ਖਾਲਸਾ ਜੀ, ਮੈਂ ਬੇਨਤੀ ਕਰਾਂ, ਅਕਬਰ ਦੁਨੀਆਂ ਦਾ ਜੇਤੂ ਬਾਦਸ਼ਾਹ ਹੋਇਆ, ਅਕਬਰ ਦੁਨੀਆਂ ਦਾ ਜੇਤੂ ਬਾਦਸ਼ਾਹ ਹੋਇਆ, ਮੈਦਾਨੇ ਜੰਗ ਵਿੱਚ ਸੀ, ਮਾਤਾ ਚੜ੍ਹਾਈ ਕਰ ਗਈ, ਵਿੱਚੇ ਮੈਦਾਨੇ ਜੰਗ ਵਿੱਚੋਂ ਜੰਗ ਨੂੰ ਛੱਡ ਕੇ ਆਪਣੀਆਂ ਮਹਿਲਾਂ ਵਿੱਚ ਵਾਪਸ ਆ, ਦਿਨ ਚੜਿਆ ਮਾਤਾ ਨੂੰ ਦਫਨਾ ਕੇ ਮਹਿਲਾਂ ਦੇ ਉੱਪਰ ਗਿਆ, ਫਿਰ ਥੱਲੇ ਵਜ਼ੀਰਾਂ ਨੇ ਪੁੱਛਿਆ, ਬਾਦਸ਼ਾਹ ਗੱਲ ਕੀ ਹੈ, ਤੇਰੇ ਮੂੰਹ ਉੱਤੇ ਉਹ ਰਵਾਨਗੀ ਨਹੀਂ? ਕਹਿੰਦਾ ਮੈਂ ਦੁਨੀਆਂ ਦਾ ਜੇਤੂ ਬਾਦਸ਼ਾਹ ਹਾਂ, ਲੋਕ ਮੈਨੂੰ ਅਕਬਰ ਬਾਦਸ਼ਾਹ ਦੇ ਨਾਮ ਯਾਦ ਕਰਦੇ ਨੇ, ਲੇਕਿਨ ਅੱਜ ਤੋਂ ਬਾਅਦ ਬੇਅਕਬਰਾ ਮੈਨੂੰ ਕਿਸੇ ਨੇ, ਉਹ ਕੇਵਲ ਤੇ ਕੇਵਲ ਅਧਿਕਾਰ ਜਿਹੜਾ ਉਹ ਮਾਂ ਕੋਲੇ ਹੈ, ਜਿਹੜੀ ਆਵਾਜ਼ ਅੱਜ ਇਹਨਾਂ ਮਹਿਲਾਂ ਵਿੱਚੋਂ ਖਤਮ ਹੋਈ ਹੈ। ਪਰਮ ਸਤਿਕਾਰਯੋਗ ਖਾਲਸਾ ਜੀ, ਸਟੇਜ ਤੇ ਬੋਲ ਲੈਣਾ, ਕਹਿ ਦੇਣਾ ਕਿ ਭਾਣਾ ਮੰਨ ਲਿਆ ਜਾਵੇ, ਬਹੁਤ ਸੌਖੀ ਬਾਤ ਹੈ, ਦੋ ਅੱਖਰਾਂ ਦੀ ਗੱਲ ਹੈ, ਲੇਕਿਨ ਜਿਸ ਤਰ੍ਹਾਂ ਲੱਗ ਕੇ ਸੋਈ ਜਾਣੇ, ਕੌਣ ਜਾਣੇ ਪੀਰ ਭਰਾਈ। ਪਰਮ ਸਤਿਕਾਰਯੋਗ ਖਾਲਸਾ ਜੀ, ਰਾਗੀ ਸਿੰਘ ਜ਼ਿਕਰ ਕਰ ਰਹੇ ਸਨ ਮੇਰੇ ਸਤਿਕਾਰਯੋਗ ਮਾਸਟਰ ਜੀ ਸਰਦਾਰ ਕਿਸ਼ਨ ਸਿੰਘ ਜੀ, ਮੋਰ ਮੋਰ ਕਰ ਅਧਿਕ ਲਾਗਤ, ਪੇਕਤ ਹੀ ਰਮ ਜਮ ਰਾਓ ਹੱਸੇ, ਇਤਨਾ ਕੌਣ ਨਾ ਜਾਣੇ ਕਿ ਦਿਨ ਦਿਨ ਅਵਧ ਘਟਤ ਰਹਿ। ਮਾਂ ਦੇ ਸਾਹਮਣੇ ਪੁੱਤਰ ਦਾ ਚਲੇ ਜਾਣਾ ਇੱਕ ਅਸਹਿ ਵਿਛੋੜਾ, ਤੇ ਉਦੋਂ ਵੱਡੀ ਗੱਲ ਕਿ ਇੱਕ ਦਾਦੀ ਦੇ ਸਾਹਮਣੇ ਪੋਤਰੇ ਦਾ ਚਲੇ ਜਾਣਾ। ਮੈਂ ਆਪਣੇ ਫਰਜ਼ ਨਾਲ ਪਤਾ ਹੀ ਕਰਾਂਗਾ ਜੀ, ਆਪਣੇ ਛੋਟੇ ਵੀਰ ਸੁਖਚੈਨ ਸਿੰਘ ਫੁਟਾਲਾ ਦਾ ਨਾਂ, ਉਹ ਵੀ ਚਲਿਆ ਗਿਆ, ਲੇਕਿਨ ਸਤਿਕਾਰਯੋਗ ਵੀਰੋ ਕੀਤਾ ਕੁਝ ਨਹੀਂ ਜਾ ਸਕਦਾ। ਗੁਰਬਾਣੀ ਆਸ਼ਮਤਾ ਜਿਸ ਠਾਕਰ ਸਿਉ ਨਾ ਹੀ ਚਾਰਾ, ਤਾਂ ਕੋ ਕਿ ਜੇ ਸਭ ਨਮਸਕਾਰ। ਸਾਡੇ ਪਰਿਵਾਰ ਨੇ ਮੈਨੂੰ ਆਉਂਦਿਆਂ ਆਉਂਦਿਆਂ ਭਾਈ ਬਲਵੰਤ ਸਿੰਘ ਜੀ ਗੋਪਾਲਾ ਜੋ ਭਿੰਡਾਂ ਵਾਲਾ ਫੋਰਸ ਦੇ ਮੁਖੀ ਨੇ, ਉਹਨਾਂ ਦੇ ਪਿਤਾ ਜੀ ਦੱਸ ਰਹੇ ਸਨ ਕਿ ਸਾਡਾ ਕਿੱਡਾ ਵੱਡਾ ਕਾਰੋਬਾਰ ਪਾਕਿਸਤਾਨ ਦਾ, ਕਹਿੰਦੇ ਜਦੋਂ ਉੱਧਰੋਂ ਆਏ ਪਰਿਵਾਰ ਵਿਛੜ ਗਿਆ, ਅੱਜ ਤੱਕ ਵੀ ਪਰਿਵਾਰ ਜਿਹੜਾ ਹੈ ਆਪਣੀਆਂ ਥਾਵਾਂ ਉੱਤੇ ਸੈੱਟ ਹੁੰਦਿਆਂ ਹੁੰਦਿਆਂ ਬਹੁਤ ਲੰਮਾ ਸਮਾਂ ਗੱਲ ਕੀਤੀ ਗਈ ਹੈ। ਮੇਰੇ ਵੀਰ ਸੁਖਵਿੰਦਰ ਸਿੰਘ ਜੀ ਰਾਗੀ ਸਿੰਘ ਕਹਿ ਰਹੇ ਸਨ ਕਿ ਅੱਜ ਰਾਜਨੀਤਿਕ ਪਿੰਡ ਵਿੱਚ ਹੋਣ ਕਰਕੇ ਫਿਰੋਜ਼ਪੁਰ ਦੀ ਸਮੁੱਚੀ ਜਿਹੜੀ ਟੀਮ ਹੈ ਉਹ ਇੱਥੇ ਹਾਜ਼ਰ ਹੈ, ਬਹੁਤ ਚੰਗੀ ਗੱਲ ਹੈ। ਪਰਮ ਸਤਿਕਾਰਯੋਗ ਖਾਲਸਾ ਜੀ, ਦੁਨੀਆਂ ਉੱਤੇ ਰਾਜ ਭਾਵ
ਆਉਂਦੇ ਤੇ ਜਾਂਦੇ ਨੇ, ਲੇਕਿਨ ਮੈਂ ਬੇਨਤੀ ਕਰਾਂ ਜਿਹੜੇ ਲੋਕ ਚੰਗੇ ਕੰਮ ਕਰਕੇ ਜਾਂਦੇ ਨੇ ਉਹਨਾਂ ਨੂੰ ਲੋਕ ਹਮੇਸ਼ਾ ਵਾਸਤੇ ਯਾਦ ਕਰਦੇ ਨੇ। ਸਾਡੀ ਉਹ ਸਤਿਕਾਰਯੋਗ ਮਾਤਾ ਨੇ, ਸਾਡੇ ਇਸ ਪਰਿਵਾਰ ਨੇ ਕਿੱਤਾ ਵੀ ਉਹ ਸ਼ੁਰੂ ਕੀਤਾ ਜੋ ਸਿੱਖਾਂ ਦੇ ਪਹਿਲੇ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਕਰਤਾਰਪੁਰ ਦੀ ਪਵਿੱਤਰ ਧਰਤੀ ਹਲਦੀ ਜੰਗੀ ਫੜ ਕੇ ਸਾਨੂੰ ਇਹ ਗੱਲ ਦਰਸਾਈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰਮ ਸਤਿਕਾਰਯੋਗ ਖਾਲਸਾ ਜੀ, ਅੱਜ ਇਹ ਸਾਡਾ ਵੀਰ ਗੁਰੂ ਬਖਸ਼ਿਸ਼ ਕਰੇ ਇਹ ਪਰਿਵਾਰ ਦਿਨ ਦੁਨੀ ਰਾਤ ਚੌਗਣੀ ਉਨਤੀ ਕਰੇ, ਲੇਕਿਨ ਪਰਮ ਸਤਿਕਾਰਯੋਗ ਖਾਲਸਾ ਜੀ ਜਿਹੜੇ ਪਰਿਵਾਰ ਵਿੱਚ ਬੰਦਿਆਂ ਦੀ ਘਾਟ ਬੜਾ ਉੱਚਾ, ਕਵੀ ਨੇ ਲਿਖਿਆ ਕਹਿੰਦਾ ਵੀਰ ਵੀਰਾਂ ਦੀਆਂ ਬਾਹਾਂ ਹੁੰਦੇ ਠੰਡੀਆਂ ਮਿੱਠੀਆਂ ਛਾਵਾਂ ਹੁੰਦੇ। ਪਰਮ ਸਤਿਕਾਰਯੋਗ ਖਾਲਸਾ ਜੀ, ਮੈਂ ਜ਼ਿਆਦਾ ਸਮਾਂ ਨਾ ਆਵਾਂ ਕਿਉਂਕਿ ਫਿਰੋਜ਼ਪੁਰ ਦੀ ਬੜੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨੇ। ਮੈਂ ਇੱਕ ਤੁਹਾਨੂੰ ਬੇਨਤੀ ਕਰਦਾ, ਮੈਂ ਦੇਖਿਆ ਜਦੋਂ ਦਾ ਮੈਂ ਆਣ ਕੇ ਬੈਠਾ ਕਿ ਜਿੰਨੀ ਸੰਗਤ ਇੱਥੇ ਆਈ ਹੈ ਬਹੁਤਿਆਂ ਦੇ ਗਲਾਂ ਵਿੱਚ ਗੁਰਬਾਣੀ, ਬਹੁਤਿਆਂ ਦੇ, ਕਿਉਂਕਿ ਇਸ ਇਲਾਕੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਬੜੀਆਂ ਬੜੀਆਂ ਬਖਸ਼ਾਂ ਕੀਤੀਆਂ। ਇੱਕ ਬੇਨਤੀ ਖਾਲਸਾ ਜੀ ਤੁਹਾਨੂੰ ਕਰਨੀ ਚਾਹੁੰਦਾ ਕਿ ਅੱਜ ਕੌਮ ਦੇ ਜਥੇਦਾਰ ਬਰਗਾੜੀ ਦੀ ਉਸ ਧਰਤੀ 'ਤੇ ਬੈਠੇ ਨੇ ਜਿੱਥੇ ਅੱਜ ਤੋਂ 303 ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਔਰ ਸਾਡੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਮੌਕੇ ਦੀਆਂ ਸਰਕਾਰਾਂ ਨੇ ਪਰਮ ਸਤਿਕਾਰਯੋਗ ਖਾਲਸਾ ਜੀ ਨਾਲ ਸ਼ਹੀਦ ਸਿੰਘਾਂ ਦੇ ਜਿਨ੍ਹਾਂ ਨੇ ਕਾਤਲ ਸਨ ਉਹਨਾਂ ਉੱਤੇ ਕੋਈ ਪਰਚਾ ਦਰਜ ਕੀਤਾ ਔਰ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕਾਤਲ ਫੜੇ, ਲੇਕਿਨ ਭਾਵੇਂ ਸਰਕਾਰੀ ਐਲਾਨ ਨਹੀਂ ਹੋਇਆ ਫਿਰ ਵੀ ਮੌਜੂਦਾ ਸਰਕਾਰ ਨੇ ਉਹ ਜਿਹੜੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਸੀ ਉਹ ਬੰਦੇ ਗ੍ਰਿਫਤਾਰ ਕਰ ਲਏ ਨੇ। ਇਸ ਵੇਲੇ ਉਹ CBI ਦੇ ਗ੍ਰਿਫਤ 'ਚ ਨੇ ਔਰ ਮਤਲਬ ਦਿੱਲੀ ਗਏ। ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉੱਥੇ ਕੋਈ ਪੈਸੇ ਦੀ ਲੋੜ ਨਹੀਂ, ਆਪ ਕਿਰਪਾ ਕਰਿਓ, ਕਿਉਂਕਿ ਭਾਈ ਸਾਹਿਬ ਬੋਲ ਰਹੇ ਸਨ ਕਿ ਜਿਹੜੀ ਵੀ ਦੁਨੀਆਂ ਦੀ ਚੀਜ਼ ਹੈ ਕੋਈ ਵੀ ਦੁਨੀਆਂ ਦੀ ਚੀਜ਼ ਅਗਰ ਜੇ ਕਿਸੇ ਨੇ ਲੈਣੀ ਹੋਵੇ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਚਰਨਾਂ ਦੇ ਵਿੱਚ ਅਰਦਾਸ ਕਰੇ ਤੇ ਮੇਰੇ ਤੋਂ ਤਾਂ ਦੂਰ ਆ ਕਿਉਂਕਿ ਮੈਂ ਖੇਮਗੜ੍ਹ ਤੋਂ ਆਇਆ, ਤੁਹਾਡੇ ਇੱਥੇ ਬਿਲਕੁਲ ਲਾਗੇ ਆ ਉਹ ਸਾਧ। ਮੈਂ ਕਹਿੰਦਾ ਜੇ ਪਰਿਵਾਰ ਵਿੱਚ ਬੈਠ ਕੇ ਕਿਤੇ ਉਹ ਪਖੰਡੀ ਸਾਧ ਦਾ ਕੋਈ ਨਾਂ ਲੈ ਦੇਵੇ ਤੇ ਆਪਣੇ ਆਪ ਨੂੰ ਸ਼ਰਮ ਆਉਂਦੀ ਆ, ਆਪਣੇ ਆਪ ਨੂੰ ਗੁਰੂ ਘੁਰਾਉਂਦਾ ਸੀ। ਜੇ ਕੋਈ ਗੁਰੂ ਹੈ ਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਕੋਈ ਦੇਰੇ ਵਾਲਾ ਇੱਥੇ ਕੋਈ ਪਖੰਡੀ ਗੁਰੂ ਨਹੀਂ ਹੋ ਸਕਦਾ। ਲੇਕਿਨ ਮੇਰੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਭਾਵੇਂ ਇੱਕ ਘੰਟਾ ਕੱਢ ਕੇ ਤਾਂ ਜਾਇਓ, ਤੁਹਾਡੇ ਤੋਂ ਪੂਰੇ ਸਵਾ ਘੰਟੇ ਦਾ ਬਣਦਾ, ਮੈਂ ਕਈ ਵਾਰ ਬਰਗਾੜੀ ਜ਼ਰੂਰ ਜਾਇਓ ਅਤੇ ਉਹ ਤੁਹਾਡੇ ਇਲਾਕੇ ਦਾ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮਨ ਬਣ, ਕਿਸੇ ਨਾਲ ਵਖਰੇਵੇਂ ਵੀ ਹੋ ਸਕਦੇ ਆ, ਲੇਕਿਨ ਇਸ ਗੱਲ ਦਾ ਵਖਰੇਵਾ ਨਹੀਂ ਕਿ ਉਹ ਗੁਰੂ ਦੀ ਗੱਲ ਕਰਨ ਵਾਸਤੇ ਗੁਰੂ ਦੇ ਕਾਤਲਾਂ ਨੂੰ ਫੜਨ ਵਾਸਤੇ ਅਤੇ ਜਿਹੜੇ ਬੰਦਿਆਂ ਨੂੰ 25-25 ਸਾਲ ਲਗਾਤਾਰ ਜੇਲ੍ਹ ਵਿੱਚ ਹੋ ਗਏ ਨੇ ਬੈਠਿਆਂ ਨੂੰ, ਉਹ ਵੀ ਤੁਹਾਡੇ ਭਰਾ ਨੇ। ਅੱਜ ਆਪਾਂ ਰਾਜ ਸਭਾ ਦੇ ਵਿੱਚ ਆਣ ਕੇ ਜਾਂ ਚੰਗੀਆਂ ਗੱਡੀਆਂ, ਚੰਗੀਆਂ ਕਾਰਾਂ, ਚੰਗੀਆਂ ਕੋਠੀਆਂ ਵਿੱਚ ਏਸੀਆਂ ਵਿੱਚ ਸੌਂ ਕੇ ਉਹ ਸਿੱਖੀ ਨੂੰ ਨਾ ਭੁੱਲ ਗਏ ਜਿਹਦੇ ਵਿੱਚ ਅਰਦਾਸ ਦੇ ਵਿੱਚ ਸ਼ਬਦ ਆਉਂਦੇ ਨੇ, ਜਿਹਨਾਂ ਮਾਈਆਂ ਬੀਬੀਆਂ ਨੇ ਟੁਕੜੇ ਟੁਕੜੇ ਕਰਕੇ ਆਪਣੇ ਗਲਾਂ ਵਿੱਚ ਹਾਰ ਪਵਾਏ, ਪੀਸਣੇ ਪੀਸੇ, ਤਿੰਨਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਦੀ ਕਿਸੇ ਨੇ ਕਿਹਾ ਕਿ ਫਲਾਣੇ ਨੇ ਇੰਨਾ ਚਿੱਟਾ ਖਾਧਾ, ਇੰਨੀ ਸ਼ਰਾਬ ਪੀਤੀ, ਇੰਨਾ ਕੁਛ ਕੀਤਾ, ਉਹਨਾਂ ਦਾ ਧਿਆਨ ਧਰ ਕੇ ਬੋਲੋ, ਬਿਲਕੁਲ ਨਹੀਂ, ਕਦੇ ਪੱਟੀ ਜਾਇਓ ਉੱਥੇ ਉਹ ਚੱਕੀਆਂ ਦੇਖ ਕੇ ਆਏ। ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਮੇਰੇ ਸਤਿਕਾਰਯੋਗ ਮਾਮਾ ਜੀ ਜਸਵੀਰ ਸਿੰਘ ਜੀ ਬੈਠੇ ਨੇ, ਭਾਈ ਗੁਰਚਰਨ ਸਿੰਘ ਜੀ ਬੈਠੇ ਨੇ, ਕਿਤੇ ਜੇਲ੍ਹ ਦੇ ਵਿੱਚ ਜਾ ਕੇ ਆਇਓ, ਜਿਹੜੀਆਂ ਚੱਕੀਆਂ ਦੀ ਕਹਾਣੀ ਹੈ ਵੀ ਬੰਦਾ ਚੱਕੀਆਂ 'ਚ ਪਾਉਂਦਾ, ਉਹ ਵੀ ਕੇਵਲ ਤੇ ਕੇਵਲ ਇਹ ਵੀ ਜਦੋਂ ਬਾਬਰ ਨੇ
गुरु नानक देव महाराज सच्चे पातशाह नूं क्योंकि सच की आवाज जिहड़ी है वह केवल तो केवल गुरु नानक देव पातशाह कह सकदा बाबर तू जाबर है सच सुनाए सी सच की बेला वह चक्कियां उदों तो नाम पिया है जिहड़ियां साडियां मावां ते भैणां धीआं भैणां ने चक्कियां पीसियां कदे पट्टी जाए उत्थे देख के आए ਇਹ ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹੇਗੀ ਮੈਂ ਆਪਣੀਆਂ ਦਿਲ ਦੇ ਅੰਦਰਾਂ ਵਿੱਚੋਂ ਆਪਣੀ ਸਤਿਕਾਰਯੋਗ ਦਾਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਸਤਿਗੁਰੂ ਜੀ ਕਿਰਪਾ ਕਰ ਕਿਤੇ ਗਾਇਬ ਗਾਏ ਜ਼ਿੰਦਗੀ ਵਿੱਚ ਰਹਿੰਦਿਆਂ ਜਾਣੇ ਅਣਜਾਣੇ ਸਾਡੀ ਉਸ ਮਾਤਾ ਤੋਂ ਕੋਈ ਗਲਤੀ ਹੋ ਗਈ ਅਣਜਾਣ ਸਮਝ ਕੇ ਮੁਆਫ਼ ਕਰਨਾ ਪਿੱਛੇ ਪਰਿਵਾਰ ਨੂੰ ਸਕਿਆਂ ਨੂੰ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਇੱਕ ਬੇਨਤੀ ਜ਼ਰੂਰ ਕਰਾਂਗਾ ਕਿਉਂਕਿ ਮੈਂ ਦੇਖਿਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਬਹੁਤ ਸਾਰੇ ਗੁਰਸੇ ਕਮਰਧਾਰੀ ਨੇ ਬੜੀ ਖੁਸ਼ੀ ਦੀ ਗੱਲ ਆ ਬੀਬੀਆਂ ਵੀ ਜਿੰਨੀਆਂ ਕਹੀਆਂ ਬਹੁਤਿਆਂ ਦੇ ਘਰਾਂ ਵਿੱਚ ਕਿਰਪਾਨਾ ਲੇਕਿਨ ਇਹ ਸਿੱਖੀ ਦਾ ਅੰਦਾਜ਼ਾ ਇਸ ਗੱਲ ਤੋਂ ਨਹੀਂ ਲਾਇਆ ਜਾ ਸਕਦਾ ਕਿ ਤੁਸੀਂ ਕਿਸੇ ਸਿਨੇਮੇ ਵਿੱਚ ਜਾਓ ਤੁਸੀਂ ਕਿਸੇ ਗਾਉਣ ਵਾਲੀ ਦੇ ਮੁਜ਼ਾਰਾ ਵੇਖਣ ਜਾਓ ਉੱਥੋਂ ਨਹੀਂ ਲੱਗਣਾ ਉੱਥੇ ਸਾਰੇ ਦੂਜੇ ਹੀ ਜਾਣਗੇ ਇਸ ਕਰਕੇ ਮੇਰੀ ਨਿਮਰਤਾ ਸਾਹਿਬ ਬੇਨਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜੀ ਉਹ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਤਾ ਜੀ ਜੋਗਿੰਦਰ ਕੌਰ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਥੇਦਾਰ ਸਰਨਾਮ ਸਿੰਘ ਜੀ ਨੇ ਕੋਈ ਗੱਲ ਮੇਰੇ ਕਹਿਣ ਵਾਲੀ ਰਹਿਣ ਨਹੀਂ ਦਿੱਤੀ ਮੈਂ ਤਾਂ ਇਸ ਪਰਿਵਾਰ ਦੀ ਬਾਤ ਦੱਸੂੰਗਾ ਇਹ ਪਰਿਵਾਰ ਸਾਡੇ ਇਲਾਕੇ 'ਚ ਭਲਾ ਮਾਨ ਸ਼ਰੀਫ ਪਰਿਵਾਰ ਹੈ ਇਹਨਾਂ ਨੇ ਅੱਜ ਤੱਕ ਕਾਨੂੰਨ ਨੂੰ ਆਪਦੇ ਹੱਥ 'ਚ ਨਹੀਂ ਲਿਆ ਇਸ ਪਰਿਵਾਰ ਦਾ ਸਾਡੇ ਇੱਥੇ ਪਾਜੀ ਆਏ ਸਰ ਬਰੇਲ ਸਿੰਘ ਦਾ ਪਰਿਵਾਰ ਕਾਬਲ ਸਿੰਘ ਪ੍ਰੋਫੈਸਰ ਦਾ ਪਰਿਵਾਰ ਉਹਨਾਂ ਨਾਲ ਸੰਬੰਧ ਸੀ ਸਾਡੇ ਮਾਮਾ ਜੀ ਸਾਹਿਬ ਕਰਤਾਰ ਸਿੰਘ ਬੋਲਿਆ ਜੀ ਉਹਨਾਂ ਨਾਲ ਸੰਬੰਧ ਸੀ ਇਹ ਪਰਿਵਾਰ ਆਮ ਹਰੇਕ ਦੇ ਨਾਲ ਆਉਣ ਜਾਣ ਕਰਕੇ ਅੱਜ ਦਾ ਇਕੱਠ ਇਹਨਾਂ ਦਾ ਆਪਦਾ ਹੀ ਮਿਲ ਵਰਤਨ ਹੈ ਇਹ ਪਰਿਵਾਰ ਨੇ 77 ਦੇ ਵਿੱਚ ਮੈਨੂੰ ਸਰਪੰਚ ਬਣਾਇਆ ਔਰ ਮੇਰੀ ਇਮਦਾਦ ਕੀਤੀ ਇਹ ਪਰਿਵਾਰ ਹਮੇਸ਼ਾ ਅੱਜ ਸਾਡੇ ਨਾਲ ਖੜ੍ਹਦਾ ਰਿਹਾ ਮੈਂ ਇਸ ਪਰਿਵਾਰ ਦੇ ਵਿੱਚੋਂ ਮਾਤਾ ਜੀ ਦੀ ਜਿਹੜੀ ਬਹੁਤ ਦੇਰ ਵੱਡੀ ਸੀ ਮਾਤਾ ਜੀ ਨੇ ਕਿਸੇ ਵੀ ਗੱਲ ਗਲਤ ਕੰਮ ਨਹੀਂ ਕਰਤਾ ਮੈਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਮਾਤਾ ਜੀ ਨੂੰ ਆਪਦੇ ਚਰਨੇ ਨਿਵਾਸ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਹਿੰਦਾ ਕਿਹਾ ਦਾ ਜੱਜ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਹੁਣ ਮੈਂ ਸਰਦਾਰ ਚਮਕੌਰ ਸਿੰਘ ਢੀਂਸਾ ਸਾਡੇ ਜ਼ਿਲ੍ਹੇ ਦੇ ਪ੍ਰੈਜੀਡੈਂਟ ਕਾਉਂਟ ਸਭਾਜੀ ਦੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਮਾਤਾ ਜੀ ਨੂੰ 2 ਮਿੰਟ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਬੈਠੇ ਸਾਰੇ ਰਿਸ਼ਤੇਦਾਰ ਭੈਣ ਭਾਈ ਸਭ ਨੂੰ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਬਹੁਤ ਹੀ ਵਧੀਆ ਮਾਤਾ ਸਿੱਧ ਹੋਏ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਬੜੇ ਚੰਗੇ ਸੰਸਕਾਰ ਦੇ ਕੇ ਅੱਜ ਇਸ ਮੁਕਾਮ ਤੇ ਖੜਾ ਕੀਤਾ ਮਾਤਾ ਜੀ ਜਿਵੇਂ ਦੱਸਿਆ ਗਿਆ ਹੈ ਬੜੇ ਧਾਰਮਿਕ ਖਿਆਲਾਂ ਦੇ ਸੀ ਔਰ ਹਰੇਕ ਦੇ ਦੁੱਖ ਸੁੱਖ ਆਉਣ ਵਿੱਚ ਸਹਾਈ ਹੁੰਦੇ ਸੀ ਮਾਤਾ ਜੀ ਨੇ ਜੋ ਆਪਣੇ ਪਰਿਵਾਰ ਨੂੰ ਅੱਜ ਇਹ ਸੰਸਕਾਰ ਦਿੱਤੇ ਆ ਉਹਦਾ ਸਬੂਤ ਹੈ ਅੱਜ ਦਾ ਇਕੱਠ ਅੱਜ ਇਸ ਇਕੱਠ ਵਿੱਚ ਹਰ ਤਰ੍ਹਾਂ ਦੇ ਧਾਰਮਿਕ ਸਿਆਸੀ ਵੱਖੋ ਵੱਖੋ ਪਾਰਟੀਆਂ ਦੇ ਸਿਆਸੀ ਆਗੂ ਬੈਠੇ ਨੇ ਉਹ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੈ ਮਾਰਨ ਲਿਖਾਏ ਮੰਡਲ ਮੇ ਆਏ ਮਾਤਾ ਜੀ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਫ਼ਰ ਲਿਖਾ ਕੇ ਇੱਥੇ ਪਹੁੰਚੇ ਸੀ ਅੱਜ ਉਹ ਇਸ ਫਾਨੀ ਦੁਨੀਆਂ ਨੂੰ ਆਵਦਾ ਕਰਕੇ ਸਾਡੇ ਵਿੱਚ ਨਹੀਂ ਰਹੇ ਅਸੀਂ ਸਾਰੇ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ
ਹੇ ਵਾਹਿਗੁਰੂ ਇਸ ਮਾਤਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਆਪਣੇ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਸੇਹਾ ਸੱਜਣਾ ਸੀਸਰੀਆਂ ਜਾਂ ਹੋਏ ਸਹਿਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਫਿਰ ਵਾਹਿਗੁਰੂ ਜੀ ਕੀ ਫਤਿਹ। ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਚ ਬਿਰਾਜਮਾਨ ਸਮੁੱਚੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਸੁਰੇਸ਼ ਸਿੰਘ ਜੀ ਨੇ ਵੀ ਕਿਹਾ ਕਿ ਟਾਈਮ ਥੋੜ੍ਹਾ ਲਿਆ ਜਾਵੇ ਕਿਉਂਕਿ ਬੁਲਾਰੇ ਬਹੁਤ ਹੁੰਦੇ ਨੇ, ਗਰਮੀ ਵੀ ਹੁੰਦੀ ਹੈ, ਪਰ ਇਹ ਵੀ ਹੁੰਦਾ ਕਿ ਇਹੋ ਜਿਹੇ ਬਜ਼ੁਰਗਾਂ 'ਤੇ, ਇਹੋ ਜਿਹੀਆਂ ਮਾਤਾਵਾਂ 'ਤੇ ਕੁਦਰਤੀ ਗੱਲ ਹੀ ਹੈ ਕਿ ਗੱਲ ਕਹੀ ਵੀ ਜਾਂਦੀ ਹੈ ਔਰ ਕਿਹੜੀ ਬਣ ਵੀ ਜਾਂਦੀ ਹੈ। ਜਦੋਂ ਮੈਂ ਮੱਥਾ ਟੇਕਣ ਵਾਸਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹਾਜ਼ਰ ਹੋਇਆ ਸੀ ਅਤੇ ਸੱਚੀ ਮੁੱਚੀ ਮੇਰੀਆਂ ਅੱਖਾਂ ਦੇ ਵਿੱਚ ਜਿਹੜੇ ਕੋਈ ਪੱਥਰੂ ਆ, ਉਹਦਾ ਕਾਰਨ ਕੀ ਸੀ ਕਿ ਮੈਂ ਬੜਾ ਖੁਸ਼ਕ ਸੁਣਤਾ ਭਾਗਾਂ ਵਾਲਾ ਕਿ ਚਲੋ ਉਹ ਭਾਵੇਂ ਇਸ ਦੁਨੀਆਂ 'ਤੇ ਨਹੀਂ ਰਹੇ ਪਰ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਔਰ ਉਹਨਾਂ ਦੀ ਤਸਵੀਰ ਦੇ ਦਰਸ਼ਨ ਕਰਨ ਦੇ ਮੈਨੂੰ ਸੁਭਾਗ ਪ੍ਰਾਪਤ ਹੋਏ ਨੇ। ਕਿਉਂਕਿ ਤੁਸੀਂ ਘਰਾਂ ਦੇ ਵਿੱਚ ਨਿਗਾਹ ਮਾਰ ਲਓ, ਸਾਡੇ ਕੋਲ ਝੋਲੀਆਂ ਵਾਲੇ ਚਿਹਰੇ ਨਹੀਂ ਰਹੇ। ਅੱਜ ਪੰਜਾਬ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਮੋਢਿਆਂ 'ਤੇ ਢੋ ਰਿਹਾ, ਕਿਸਾਨਾਂ ਦੇ ਗਲਾਂ 'ਚ ਰੱਸੇ ਪੈ ਰਹੇ ਨੇ। ਸੋ ਇਸ ਵਾਸਤੇ ਇਹ ਬੜੀ ਵੱਡੀ ਚਿੰਤਾ ਦੀ ਗੱਲ ਹੈ, ਕਿਉਂਕਿ ਚਾਹੇ ਤਾਂ ਸਾਡਾ ਪੌਣ ਪਾਣੀ ਇਹੋ ਜਿਹਾ ਹੋ ਗਿਆ ਅਤੇ ਚਾਹੇ ਹਾਲਾਤ ਇਹੋ ਜਿਹੇ ਹੋ ਗਏ ਕਿ 80-90 ਅਤੇ 30 ਅੱਜ ਸਾਡੀ ਉਮਰ ਘੱਟ ਕੇ ਜਿਹੜੀ ਹੈ ਉਹ 60 ਸਾਲ, 50 ਸਾਲ, 40 ਸਾਲ ਰਹਿ ਗਈ ਹੈ। ਸੋ ਇਸ ਵਾਸਤੇ ਇਸ ਮਾਤਾ ਨੂੰ, ਮਾਤਾ ਜਗਿੰਦਰ ਕੌਰ ਜੀ ਨੂੰ ਇਹੋ ਇਸ ਕਿਸਮ ਦਾ ਯੂ ਹੋ ਸਕਦੀ ਹੈ ਕਿ ਇਸ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤਾਂ ਦਾ ਮੁਕਾਬਲਾ ਕੀਤਾ ਜਾ ਸਕੇ। ਕਿਉਂਕਿ ਇਹ ਬਜ਼ੁਰਗ ਨੇ ਜਿਹੜੇ, ਇਹ ਸਮੇਂ ਦੇ ਇਤਿਹਾਸ ਹੁੰਦੇ ਨੇ, ਇੱਕ ਵਰਕਾ ਹੁੰਦਾ ਅਤੇ ਜੇ ਨਿਗਾਹ ਮਾਰੀ ਜਾਵੇ ਅਤੇ ਇਸ ਵਰਕੇ 'ਤੇ 112 ਸਾਲ ਦਾ ਇਤਿਹਾਸ ਲਿਖਿਆ ਗਿਆ, ਉਹ ਬਜ਼ੁਰਗ 112 ਸਾਲ ਦਾ ਇਤਿਹਾਸ ਸਾਂਭੀ ਬੈਠੇ ਸੀ। ਉਹਨਾਂ ਦਾ ਪਰਿਵਾਰ ਜਦੋਂ ਮਰਜ਼ੀ ਆ ਪੁੱਛ ਸਕਦਾ ਸੀ ਕਿ ਮਾਤਾ ਜੀ 84 'ਚ ਕੀ ਹੋਇਆ ਸੀ, ਮਾਤਾ ਜੀ 47 'ਚ ਕੀ ਹੋਇਆ ਸੀ, ਮਾਤਾ ਜੀ ਤੁਸੀਂ ਜੈਤੋ ਦਾ ਮੋਰਚਾ ਸੁਣਿਆ ਹੋਣਾ, ਜੈਤੋ ਦੇ ਮੋਰਚੇ 'ਚ ਕੀ ਹੋਇਆ ਸੀ। ਸੋ ਇਸ ਤਰ੍ਹਾਂ ਦਾ ਵਰਕਾ ਇਤਿਹਾਸ ਦਾ ਸਾਥੋਂ ਗੁੰਮ ਹੋ ਜਾਣਾ ਬੜੀ ਦੁਖਦਾਈ ਗੱਲ ਹੈ, ਬੜਾ ਅਫਸੋਸ ਹੁੰਦਾ। ਇਸ ਤੋਂ ਵੱਡੀ ਗੱਲ ਕਿ ਮੈਂ ਸਮਝਦਾ ਉਹਨਾਂ 'ਤੇ ਪਰਮਾਤਮਾ ਨੇ ਬਹੁਤ ਵੱਡੀ ਜਿਹੜੀ ਹੈ ਉਹ ਕਿਰਪਾ ਕੀਤੀ ਹੋਈ ਸੀ। ਆਪਾਂ ਇਸ ਜੁਗਨ ਨੂੰ, ਇਸ ਸਮਾਜ ਨੂੰ ਵੇਖਣ ਲਈ ਤਰਸਦੇ ਹਾਂ, ਬਹੁਤ ਲੰਮੀ ਆਜੂ ਮੰਗ ਕਰਦੇ ਹਾਂ, ਪਰ ਇਹ ਕਿਸੇ 'ਤੇ ਕਿਰਪਾ ਦਾਤੇ ਦੀ ਹੁੰਦੀ ਹੈ ਕਿ ਉਹਨਾਂ ਨੂੰ 112 ਸਾਲ ਹੈ ਇਹ ਸਮਾਜ, ਇਹ ਦੁਨੀਆਂ ਵੇਖਣ ਵਾਸਤੇ ਨਸੀਬ ਹੋਈ। ਸੋ ਇਹ ਵਾਸਤੇ ਆਪਣੇ ਕੋਲ ਕੋਈ ਇਹੋ ਜਿਹੇ ਸ਼ਬਦ ਨਹੀਂ ਕਿ ਆਪਾਂ ਕੁਛ ਹੋਰ ਅੱਗੇ ਕਹੀਏ, ਪਰ ਫਿਰ ਵੀ ਕਿਉਂਕਿ ਸਮੁੱਚੀ ਸੰਗਤ ਦੀ ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ। ਸੋ ਇਸ ਵਾਸਤੇ ਸਮੁੱਚੀ ਸੰਗਤ ਵੱਲੋਂ, ਲੋਕ ਇਨਸਾਫ ਪਾਰਟੀ ਪੰਜਾਬ ਵੱਲੋਂ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ, ਉਹਨਾਂ ਨੇ ਮੇਰੀ ਸਪੈਸ਼ਲ ਡਿਊਟੀ ਲਾਈ ਸੀ, ਉਹਨਾਂ ਵੱਲੋਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ
कि परमात्मा जिन्ना इत्थे उन्हां नूं ये समाज देखण दा सुख दिता है उही उन्हां नूं स्वर्ग दे विच इसे तरह का जिहड़ा है वो निवास बख्शना। इन्ना ही कहिंदा होइआ तुहाडा सारिआं दा धन्नवाद। वाहिगुरू जी का खालसा, वाहिगुरू जी की फतह। ਜਵਾਹਰ ਸਿੰਘ ਨੰਬਰਦਾਰ ਨੂਰਪੁਰ ਸੇਠ, ਸੁਰਿੰਦਰ ਸਿੰਘ ਬੱਬੂ ਸਾਬਕਾ ਐਮ ਐਲ ਏ ਜਗਿੰਦਰ ਸਿੰਘ ਦੇ ਬੇਟੇ, ਹੋਰ ਜਿਹੜੇ ਵੀ ਸਾਡੇ ਵੀਰ ਸਾਡੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਪੰਚ ਸਰਪੰਚ ਅਹੁਦੇਦਾਰ ਇਸ ਪਰਿਵਾਰ ਨੂੰ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਆ, ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ। ਹੁਣ ਮੈਂ ਟੀਮ ਦੇ ਵਿੱਚ ਇਸ ਹਲਕੇ ਦੀ ਐਮ ਐਲ ਏ ਮੈਡਮ ਸ਼ੰਕਾਰ ਕੌਰ ਗਹਿਰੀ, ਉਹਨਾਂ ਦੇ ਪਤੀ ਜਸਮੇਰ ਸਿੰਘ ਲਾਡੀ ਗਹਿਰੀ ਨੂੰ ਬੇਨਤੀ ਕਰੂੰਗਾ ਇਹ ਪਰਿਵਾਰ ਵੱਲੋਂ ਪਵਿੱਤਰ ਹਜ਼ੂਰੀ 'ਚ ਬੈਠੇ ਜੋ ਸਾਧ ਸੰਗਤ ਜੀ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਮਾਤਾ ਜੋਗਿੰਦਰ ਕੌਰ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਬੜੇ ਦੁੱਖ ਦੀ ਘੜੀ ਹੈ। ਮਾਤਾ ਜੀ ਦਾ ਬਹੁਤ ਮਿੱਠਾ ਅਤੇ ਨਿੱਘਾ ਸੁਭਾਅ, ਜਦੋਂ ਵੀ ਕਿਤੇ ਆਉਣਾ ਹਮੇਸ਼ਾ ਹੀ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਣਾ। ਅਤੇ ਪਰਮਾਤਮਾ ਬਹੁਤ ਜ਼ਿਆਦਾ ਮਾਤਾ ਦੇ ਆਸ਼ੀਰਵਾਦ ਨਾਲ ਤਰੱਕੀ ਕੀਤੀ ਇਸ ਇਲਾਕੇ ਵਿੱਚ, ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਨਾਂ ਔਰ ਕਾਂਗਰਸ ਪਾਰਟੀ ਦੀ ਬੜੇ ਮਦਦ ਕੀਤੀ ਆ ਹਮੇਸ਼ਾ ਹੀ ਇਸ ਪਰਿਵਾਰ ਨੇ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ, ਇਹ ਪਰਮਾਤਮਾ ਜੀ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ੇ, ਪਿੱਛੇ ਰਿਸ਼ਤੇਦਾਰ ਨੂੰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।